ਲਓ ਜੀ ਬਸ ਚੁੱਕ ਕੇ ਥੱਲੇ ਮਾਰੋ ਇਹਨੂੰ, ਚੁੱਕ ਕੇ ਥੱਲੇ ਮਾਰੋ ਇਹਨੂੰ, ਦੱਸੋ ਚੁੱਕ ਕੇ ਥੱਲੇ ਮਾਰਨ ਨੂੰ ਤਾਂ ਇੰਝ ਸਮਝਦੇ ਆ ਪਤਾ ਨਹੀਂ ਕਿੱਡਾ ਕੁ ਮਾਰਕਾ ਮਾਰ ਲਿਆ। 5 ਸਾਲ ਦੇ ਨਿਆਣੇ ਨੂੰ ਬਿਠਾ ਦਿਓ ਤੁਸੀਂ ਉੱਧਰ, ਤੁਹਾਡਾ ਖਲੀਫਾ ਆਨਲਾਈਨ ਆ ਜਾਓ, ਤੁਹਾਡੇ ਖਲੀਫੇ ਨੂੰ ਵੀ ਚੁੱਕ ਕੇ ਥੱਲੇ ਮਾਰ ਦੇਗਾ। ਇਹ ਬੜੀ ਬਹਾਦਰੀ ਤੁਸੀਂ ਕਰਦੇ ਹੋ, ਚੁੱਕ ਕੇ ਥੱਲੇ ਮਾਰ ਜੀ, ਮਖਲੂਕ ਹੈ ਯਾਰ। ਮੈਂ ਤੁਹਾਨੂੰ ਪੁੱਛ ਰਿਹਾ ਸੀ, ਮੈਂ ਹਾਂਜੀ, ਜਮਾਤੀ ਨਿਜ਼ਾਮ ਤੇ ਅਖਰਾਜੇ ਨਮਾਜ਼ 'ਚ ਕੀ ਫਰਕ ਹੈ, ਇਹ ਪੁੱਛਿਆ ਨਾ ਤੁਸੀਂ। ਆਹੋ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਇਹਨੂੰ ਜਮਾਤ 'ਚੋਂ ਨਹੀਂ ਕੱਢਿਆ ਨਿਜ਼ਾਮ 'ਚੋਂ ਕੱਢਿਆ, ਇਹਦਾ ਕੀ ਮਤਲਬ ਹੁੰਦਾ? ਨਿਜ਼ਾਮ 'ਚੋਂ ਕੱਢਿਆ ਹੈ, ਅਗਰ ਕੋਈ ਬੰਦਾ ਛੋਟੀ ਮੋਟੀ ਕੋਈ ਗਲਤੀ ਕਰਦਾ ਵਾ, ਇਸਲਾਮ ਔਰ ਸੁਨਨਤ ਦੇ ਖਿਲਾਫ ਕੋਈ ਗੱਲ ਕਰਦਾ ਵਾ, ਜਿਹੜੀ ਮਿਸਾਲ ਦੇ ਤੌਰ 'ਤੇ ਉਹ ਚੋਰੀ ਕਰਦੇ ਪਕੜਿਆ ਜਾਂਦਾ ਹੈ, ਜਾਂ ਕੋਈ ਇੱਦਾਂ ਦੀ ਕੋਈ ਛੋਟੀ ਮੋਟੀ ਜਿਹੜੀ, ਕਿਉਂਕਿ ਸਾਡੀ ਬਿਲਕੁਲ ਜਿਹੜੀ ਜਮਾਤ ਹੈ ਨਾ ਕੁਰਾਨ ਹਦੀਸ ਦੇ ਅਤੇ ਇਸਲਾਮ ਦੇ ਤਾਬੇ ਹੈ। ਉਹ ਇਹ ਗੱਲ ਨਾ ਕਰਿਆ ਕਰੋ, ਫਿਰ ਤੁਹਾਨੂੰ ਅੱਗੋਂ ਬਾਅਦ 'ਚ ਤੁਸੀਂ ਕਹਿ ਦਿੰਦੇ ਹੋ ਹੁਣ ਕਿ ਜੇ 4th class ਦੇ ਬੱਚੇ ਨੂੰ PhD ਵਾਲਾ ਸਵਾਲ ਕਰ, ਇਹ ਗੱਲ ਨਾ ਕਰਿਆ ਕਰੋ ਨਾ ਫਿਰ ਪਹਿਲੇ ਕੁਰਾਨ ਦੇ ਮੁਤਾਬਕ, ਕੁਰਾਨ ਦੇ ਮੁਤਾਬਕ ਜਿਹੜਾ ਤੁਹਾਡਾ ਖਲੀਫਾ, ਜਿਹੜਾ ਤੁਹਾਡਾ ਖਲੀਫਾ ਕਹਿ ਰਿਹਾ ਤਿੰਨੀ ਦਾ ਨਸਰ ਨੂੰ 4 ਗਵਾਹ ਲਿਆ ਰੇਪ ਕੇ, ਕੁਰਾਨ ਦੇ ਮੁਤਾਬਕ ਐਵੇਂ ਛੱਡੀ ਜਾਂਦੇ ਰਹਿੰਦੇ ਹੋ ਤੁਸੀਂ, ਗੱਲ ਦੱਸ ਦਿਓ ਸਮਝਾ ਦਿਓ ਜਿਹੜੀ ਸਮਝਾਉਣ ਲੱਗੇ ਹੋ ਬਸ। ਉਹ ਬਾਈ ਛੋਟੀ ਮੋਟੀ ਗਲਤੀ ਅਗਰ ਕੋਈ ਕਰਦਾ ਹੈ ਤਾਂ ਉਹਦੇ ਉੱਤੇ ਨਿਜ਼ਾਮ ਏ ਜਮਾਤ 'ਤੇ ਪਾਬੰਦੀ ਲੱਗ ਜਾਂਦੀ ਆ ਕਿ ਬਾਈ ਇਹਦੇ ਉੱਤੇ ਹੁਣ ਚੰਦਾ ਕੋਈ ਨਹੀਂ ਲਿਆ ਜਾਣਾ, ਇਹਨੂੰ ਕੋਈ ਜਮਾਤੀ ਅਹੁਦਾ ਨਹੀਂ ਦਿਆ ਜਾਣਾ, ਅਤੇ ਇਹ ਕਸਰੇ ਸਲੀਤੀ ਫੌਜ 'ਚੋਂ ਇਹਨੂੰ ਕੱਢ ਦੇਣਾ ਵਾ, ਇਹ ਆਪੇ ਲਗਾ ਰਹਿ ਗਏ। ਤੇ ਅਗਰ ਇਖਰਾਜ ਹੋ ਜਾਵੇ ਕਸਰੇ ਸਲੀਮ ਦੀ ਫੌਜ 'ਚੋਂ ਕੱਢਣ ਦਾ ਕੀ ਮਤਲਬ ਹੈ, ਕਸਰੇ ਸਲੀਮ ਦੀ ਫੌਜ 'ਚੋਂ ਕੱਢਣ ਦਾ ਕੀ ਮਤਲਬ, ਉਹ ਫਿਰ ਕਸਰੇ ਸਲੀਮ ਨਹੀਂ ਕਰ ਸਕਦਾ, ਉਹ ਆਪਣਾ ਅਕੇਲਾ ਕਰਦਾ ਰਹੇ ਜਮਾਤ ਦੇ ਨਾਲ, ਉਹਦਾ ਕੋਈ ਨਹੀਂ ਹੈ ਜਦੋਂ ਤੱਕ ਉਹਦਾ ਮਾਫੀਨਾਮਾ ਨਹੀਂ ਆਉਂਦਾ। ਅੱਛਾ, ਉਹ ਵੈਸੇ ਅਹਿਮਦੀ ਰਹਿੰਦਾ, ਉਹ ਅਹਿਮਦੀ ਨਹੀਂ ਰਹਿੰਦਾ, ਠੀਕ ਹੋ ਗਿਆ, ਅਤੇ ਉਹ ਤਾਂ ਫਿਰ ਜਾਨ ਛੁੱਟ ਗਈ ਉਹਦੀ, ਚੰਦਿਆਂ ਤੋਂ ਵੀ ਜਾਨ ਛੁੱਟੀ, ਅਤੇ ਉਹਨੂੰ ਤਾਂ ਸ਼ੁਕਰ ਅਦਾ ਕਰਨਾ ਚਾਹੀਦਾ, ਜਾਨ ਛੁੱਟੀ ਆ ਰੋਜ਼ ਦੇ ਮਹੀਨੇ ਬਾਅਦ ਜਿਹੜੇ ਚੰਦੇ ਸਿਰ 'ਤੇ ਚੜੇ ਹੁੰਦੇ ਯਾਰ। ਤੁਸੀਂ ਨਾ ਪਤਾ ਕੀ ਮਸਲਾ ਹੈ ਤੁਹਾਡਾ, ਸਭ ਤੋਂ ਵੱਡਾ ਮਸਲਾ ਇਹ ਆ ਕਿ ਤੁਸੀਂ ਨਾ ਇਹ ਬਾਹਰ ਬਹਿ ਕੇ ਨਾ ਸਿਰਫ ਟੋਟਲ ਨਿਜ਼ਾਮ ਦੇ ਉੱਤੇ ਤੁਸੀਂ ਤਨਕੀਦ ਕਰਦੇ ਹੋ, ਤੁਸੀਂ ਪਤਾ ਹੀ ਕੋਈ ਨਹੀਂ ਹੈ ਕਿ ਜਮਾਤ ਦੇ ਵਿੱਚ ਕਿੰਨੀ ਕੁ ਲਹਿਰਾਂ ਨੇ, ਕਿੰਨੀ ਬਰਕਾਤ ਤੇ ਕਿੰਨੇ ਫਜ਼ਾਇਲ ਨੇ, ਤੁਹਾਨੂੰ ਉਸ ਚੀਜ਼ ਦਾ ਆਈਡੀਆ ਕੋਈ ਨਹੀਂ ਨਾ। ਤੇ ਇਖਰਾਜ ਜਮਾਤ ਦੀ ਸਜ਼ਾ ਇਹ ਹੁੰਦੀ ਹੈ ਕਿ ਅਗਰ ਕੋਈ ਬੰਦਾ ਬਹੁਤ ਜ਼ਿਆਦਾ ਮਿਸਾਲ ਦੇ ਤੌਰ ਤੇ ਕੋਈ ਵੱਡਾ ਜੁਰਮ ਕਰ ਬੈਠੇ, ਉਹਦੇ ਵਿੱਚ ਕਈ ਜੁਰਮ ਅੱਜ ਸ਼ਾਮਿਲ ਹੋ ਜਾਂਦੇ, ਕੋਈ ਜ਼ਨਾਕਾਰੀ ਦਾ ਹੋ ਜਾਏ, ਕੋਈ ਅੱਲਾ ਨਾ ਕਰੇ ਕੋਈ ਵੱਡੀ ਉਦੋਂ ਕੋਈ ਮਤਲਬ ਇੱਕ ਜਿਹੜਾ ਦੁਨੀਆਵੀ ਲਿਹਾਜ਼ 'ਚ ਵੀ ਕੋਈ ਵੱਡੀ ਸਜ਼ਾ ਤਸੱਵਰ ਕੀ ਜਾਂਦੀ ਹੈ, ਰੇਪ ਕੇਸ ਹੋ ਜਾਏ, ਇੱਦਾਂ ਦੀ ਕੋਈ ਚੀਜ਼ਾਂ ਹੁੰਦੀ ਹੈ, ਅਤੇ ਉਹਦੇ ਉੱਤੇ ਜਮਾਤ ਕਹਿੰਦੀ ਇਹਨੂੰ ਚੁੱਕ ਕੇ ਥੱਲੇ ਮਾਰੋ, ਇਹਦਾ ਸਾਡੇ ਨਾਲ ਤਾਲੁਕ ਹੀ ਕੋਈ ਨਹੀਂ। ਹੁਣ ਉਹਨੂੰ ਅਖਰਾਜੇ ਨਿਜ਼ਾਮ ਦੀ ਸਜ਼ਾ ਹੋ ਜਾਂਦੀ ਹੈ ਮਿਸਾਲ ਦੇ ਤੌਰ 'ਤੇ ਕਿ 5 ਸਾਲ ਤੱਕ ਇਹਦਾ ਜਮਾਤ 'ਤੇ ਐਂਟਰੀ ਹੈਗੀ ਹੀ ਕੋਈ ਨਹੀਂ, ਇਹ ਜੋ ਮਰਜ਼ੀ ਕਰਦਾ ਰਹੇ, ਇਹ ਜਿੰਨੀ ਮਰਜ਼ੀ ਮਾਫੀਆਨਾਮਾ ਲਿਖਦਾ ਰਹੇ, ਕਿਉਂਕਿ ਜਿੰਨਾ ਵੱਡਾ ਜੁਰਮ ਉਨੀ ਵੱਡੀ ਸਜ਼ਾ। ਜਮਾਤ ਉਹਦੀ ਆਪਣੀ ਤਜਨੀਦ ਤੋਂ ਵੀ ਆਪਣਾ ਮਤਲਬ ਜਿੰਨਾ ਵੀ ਉਹਦੇ ਕੋਲ ਕੀ ਕਹਿੰਦੇ ਨੇ ਉਹਦਾ ਬਾਇਓਡੇਟਾ ਵਗੈਰਾ ਹੁੰਦਾ ਉਹਨੂੰ ਜੋ ਹੈ ਮੁਅੱਤਲ ਕਰ ਦਿੰਦੀ ਹੈ ਉਹਦੇ ਸਾਰੇ ਅਹੁਦੇ ਸ਼ਹੁਦੇ ਜੋ ਵੀ ਹੈ, ਉਹਦੇ ਬਾਅਦ ਫਿਰ ਉਹ ਜੋ ਕਰੇ ਜਿਹਦੀ ਉਹਦੀ ਸਜ਼ਾ ਮਾਫੀਨਾਮੇ ਲਿਖਦਾ ਰਹੇ ਹਜ਼ੂਰ ਦੇ ਕੋਲੋਂ, ਅਗਰ ਉਹਦੀ ਹਜ਼ੂਰ ਜਿਹੜਾ ਮਾਰੂ ਫੈਸਲਾ ਫਰਮਾਇਆ ਫਿਰ ਸਾਡੀ ਤਾਂ ਉਹਨਾਂ ਦੇ ਉੱਤੇ ਅਤਾਤ ਹੈ ਨਾ, ਉਹ ਜਿੱਦਾਂ ਵੀ ਫੈਸਲਾ ਕਰਨਾ ਉਹ ਕਹਿੰਦੇ ਨੇ ਖੜੇ ਹੋ ਜਾਓ, ਅਸੀਂ ਖੜੇ ਹੋ ਜਾਂਦੇ ਨੇ। ਹੈਲੋ, ਅੱਛਾ ਇਹ ਜਿਹੜਾ
ਅੱਛਾ ਇਹ ਜਿਹੜਾ ਸ਼ੈਂਡੀ ਸ਼ੈਂਡੀ ਸ਼ਾਹ ਨੇ ਜਿਹੜਾ ਉਹਦੀ ਆਡੀਓ ਦੇ ਵਿੱਚ ਇਕਰਾਰ ਕੀਤਾ ਕਿ ਮੈਂ ਉਹ ਮਿਰਜ਼ਾ ਤਾਹਰ ਸਾਹਿਬ ਦੀ ਜਿਹੜੀ ਬੇਟੀ ਸੀ ਉਹ ਵੀ ਅਤੇ ਉਹਦੀ ਨਿਵਾਸੀ ਵੀ ਦੋਵਾਂ ਨਾਲ ਗਲਤਕਾਰੀ ਕਰਦਾ ਰਿਹਾ, ਉਹਦਾ ਅਖਰਾਜ ਕੀਤਾ ਜੀ? ਹੋ ਗਿਆ ਹੋਣਾ ਲਾਜ਼ਮੀ ਤੌਰ 'ਤੇ, ਇਹ ਹੋ ਹੀ ਨਹੀਂ ਸਕਦਾ ਬਈ ਲਾਜ਼ਮੀ ਤੌਰ ਕਿੱਥੇ ਹੋਇਆ, ਉਹ ਤਾਂ ਹਾਲੇ ਵੀ ਆਉਂਦੀ ਹੈ ਆਪਣੇ ਤੌਰ ਤੇ ਜਾਤੀ ਹਿੱਸੇ ਚ ਕੋਈ ਵੀ ਕਤਰ ਹੈ ਉਹ ਤੇ ਜਮਾਤ ਦਾ ਖਰਾਜ ਦਾ, ਕੋਈ ਦੱਸੋ ਨਾ ਕਿੱਥੇ ਖਰਾਜ ਹੋਇਆ, ਕੋਈ ਬਿਆਨ, ਕੋਈ ਲੈਟਰ, ਕੋਈ ਉਹਦਾ ਜੋ ਹੈ ਜ਼ਿਆਰ ਰਸੂਲ ਭਾਈ, ਜ਼ਿਆਰ ਰਸੂਲ ਭਾਈ ਦੇਖੇ ਜੋ ਉਹ ਸ਼ੈਡੀ ਸ਼ਾ ਅੱਲਾ ਨਾ ਕਰੇ, ਅੱਲਾ ਨਾ ਕਰੇ ਮੈਂ ਕੋਈ ਨਾ ਬੋਲ ਤਾਂ ਮੁਜਾਹਿਦ ਨਾ ਬਣਾ, ਅੱਲਾ ਨਾ ਕਰੇ ਮੈਂ ਸਵੇਰ ਉੱਠ ਮੈਨੂੰ ਸਵੇਰ ਯਾਰ ਉਹ ਖਤਮੇ ਨਬੂਵਤ ਦਾ ਤੁਹਾਡੇ ਵਰਗੇ ਬਣ ਵੀ ਨਹੀਂ ਸਕਦੇ ਮੁਜਾਹਿਦ, ਤੁਹਾਡੀ ਤੌਫੀਕ ਦੇ ਵਿੱਚ ਸਿਰਫ ਮਿਰਜ਼ਾ ਸਾਹਿਬ ਨੂੰ ਨਬੀ ਮੰਨਣਾ ਵਾ, ਤੁਸੀਂ ਇਹਦੇ ਤੇ ਮਰਨਾ ਹੈ ਸਾਨੂੰ ਪਤਾ, ਇਹ ਤੌਫੀਕ ਤੁਹਾਨੂੰ ਅੱਲਾ ਨੇ ਨਹੀਂ ਦੇਣੀ, ਆਹੋ ਤੁਸੀਂ ਇਹਦੀ ਫਿਕਰ ਨਾ ਕਰੋ, ਮੈਨੂੰ ਇਹ ਦੱਸੋ, ਮੈਨੂੰ ਸਿਰਫ ਇਹ ਦੱਸੋ ਵੀ ਉਹਦਾ ਖਰਾਜ ਹੋਇਆ, ਕੋਈ ਜਮਾਤ ਚਾਹੀਦਾ ਕੋਈ ਸਬੂਤ ਦੇ ਦਿਓ ਮੈਨੂੰ। ਹੁਣ ਮੈਨੂੰ ਮਿਸਾਲ ਦੇ ਤੌਰ ਤੇ ਮੇਰਾ ਅਖਰਾਜ ਹੋ ਜਾਂਦਾ ਹੈ, ਲੇਕਿਨ ਮੇਰੀ ਜਮਾਤ ਦੇ ਮੁਖਲਿਸੀ ਹੈ, ਇਨਸਾਨ ਆ ਗਲਤੀ ਕਰ ਜਾਂਦਾ ਵਾ, ਲੇਕਿਨ ਉਹਦੀ ਸਜ਼ਾ ਮੈਨੂੰ ਲੱਭ ਜਾਂਦੀ ਹੈ ਕਿ ਬਈ ਮੈਨੂੰ ਅਖਰਾਜ ਹੋ ਗਿਆ ਜਮਾਤ ਚੋਂ। ਅੱਛਾ ਹੁਣ ਮੈਂ ਮਾਫੀਨਾਮਾ ਲਿਖਦਾ ਰਹਾ, ਲੇਕਿਨ ਆਪਣੇ ਕੋਲੋਂ ਤਾਂ ਮੇਰੇ ਦਿਲ ਦੇ ਵਿੱਚ ਤੋਂ ਇਸਲਾਮ ਤੇ ਕੁਰਾਨ ਉਹ ਸੁਨਤ ਹੈਗੀ ਨਾ, ਮੈਂ ਤਾਂ ਆਪਣੇ ਕੋਲੋਂ ਜਮਾਤ ਦਾ ਯਾਰ ਆਪਣੇ ਕੋਲੋਂ ਗੋਲੀ ਮਾਰਨਾ, ਆਪਣੇ ਕੋਲ ਨੂੰ ਗੋਲੀ ਮਾਰ, ਤੂੰ ਇਹ ਦੱਸ ਦੇ ਵੀ ਜਮਾਤ ਨੇ ਉਹਦਾ ਅਖਰਾਜ ਕਿੱਥੇ ਕੀਤਾ, ਇਹਦਾ ਕੋਈ ਸਬੂਤ ਹੈ ਦੇ ਦੇ। ਪਹਿਲੇ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਇਹ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਦੀ ਗੱਲ ਆ, ਉਸ ਟਾਈਮ ਬਾਕਾਇਦਾ ਇੱਕ ਆਫੀਸ਼ਲੀ ਜਿਹੜਾ ਜੁਮਾ ਹੁੰਦਾ ਸੀ ਨਾ ਉੱਤੇ ਇਜਤਮਾਈ ਐਲਾਨ ਹੁੰਦਾ ਸੀ, ਜਿੰਨੀ ਵੀ ਦੁਨੀਆ 'ਚ ਮਤਲਬ ਉਹ ਅੱਧੇ ਘੰਟੇ 'ਚ ਅੱਧੇ ਘੰਟੇ ਦੀ ਲਿਸਟ ਹੁੰਦੀ ਸੀ ਜਾਂ ਜਿਹਦਾ ਵੀ ਹੈ ਉਹ ਹਿਦਾਇਤ ਦੇ ਹਿਸਾਬ ਦੇ ਨਾਲ, ਕਿ ਜਿਹੜੇ ਸਾਡਾ ਇੱਕ ਦੋਸਤ ਸੀ ਉਹਨੇ ਨਾ ਆਪਣੀ ਇੱਕ ਮੌਲੇਦਾਰ ਦੇ ਨਾਲ ਆਉਂਦੀ ਸੀ, ਸਾਡਾ ਜਾਣਨੇ ਵਾਲੇ ਸੀ, ਉਹਨੇ ਇੱਕ ਸ਼ੀਏ ਲੜਕੀ ਦੇ ਨਾਲ ਉਹਦੀ ਸ਼ਾਦੀ ਹੋ ਗਈ, ਉਹਨੇ ਲਵ ਮੈਰਿਜ ਕਰ ਲਈ ਨਾ ਸ਼ੀਏ ਲੜਕੀ ਦੇ ਨਾਲ, ਠੀਕ ਆ। ਹੁਣ ਜਮਾਤ ਦੇ ਨਾਲ ਇਹ ਕਾਇਦੇ ਕਾਨੂੰਨ, ਕਿਉਂਕਿ ਸਾਡਾ ਇਹ ਆ ਕਿ ਪਹਿਲੇ ਤੁਸੀਂ ਬੈਤ ਕਰਾਉਣੀ ਹੈ, ਇੱਕ ਸਾਲ ਅਸੀਂ ਉਹਨੂੰ ਵੇਖਾਂਗੇ ਉਹਦਾ ਕਿ ਉਹ ਕੁਰਾਨ ਹਦੀਸ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ ਜਾਂ ਜੋ ਵੀ ਹੈ, ਉਹਦੇ ਬਾਅਦ ਨਹੀਂ ਤਾਂ ਕੀ ਗੱਲ, ਸ਼ੀਆ ਨੂੰ ਤੁਸੀਂ ਮੁਸਲਮਾਨ ਨਹੀਂ ਸਮਝਦੇ ਯਾਰ? ਅਸੀਂ ਸਮਝਦੇ ਹਾਂ, ਜੋ ਬੰਦਾ ਆਪਣੇ ਆਪ ਨੂੰ ਫੇਰ ਸਮਝ ਪਤਾ ਨਹੀਂ। ਉਹ ਮੀਰ ਸਲੀਮ ਸਾਹਿਬ ਜਿਹੜੀ ਕਾਰਵਾਈ ਕਰ ਰਹੇ ਸੀ ਨਾ, ਉਹ ਇੰਨਾ ਡਰਾਮਾ ਸੀ, ਉਹਦੇ ਵਿੱਚ ਇੱਕ ਸਵਾਲ ਦਾ ਕੋਈ 300 400 ਵਾਰੀ ਜਵਾਬ ਦਿੱਤਾ ਵਾ, ਲੇਕਿਨ ਉਹ ਫਿਰ ਉਹ ਗੁਮਾ ਫਿਰ ਆ ਕੇ ਅਸੀਂ। ਅੱਛਾ ਦੱਸੋ ਫਿਰ ਉਹਦਾ ਕੀ ਕੀਤਾ, ਜਿਹਨੇ ਸ਼ੀਆ ਲੜਕੀ ਨਾਲ ਸ਼ਾਦੀ ਕੀਤੀ, ਸ਼ੀਆ ਲੜਕੀ ਨਾਲ ਸ਼ਾਦੀ ਕੀਤੀ ਫਿਰ ਕੀ ਹੋਇਆ? ਉਹਨਾਂ ਇਖਰਾਜ ਹੋ ਗਿਆ, ਉਹ ਫਿਰ ਮਸਜਿਦ ਆਉਂਦੇ। ਕਿਉਂ ਇਖਰਾਜ ਕਿਉਂ ਹੋ ਗਿਆ, ਨਾਲੇ ਕਹੀ ਜਾਂਦੇ ਸ਼ੀਆ ਨੂੰ ਅਸੀਂ ਮੁਸਲਮਾਨ ਸਮਝਦੇ, ਇਖਰਾਜ ਕਿਹੜੀ ਗੱਲੋਂ ਹੋਇਆ ਫਿਰ ਯਾਰ? ਇੱਕ ਜਮਾਤੀ ਨਿਜ਼ਾਮ ਹੈਗਾ, ਇੱਕ ਕਾਇਦਾ ਕਾਨੂੰਨ ਭਾਈ, ਜਦੋਂ ਮੁਸਲਮਾਨ ਹੈ ਆਪਣੇ ਆਪ ਨੂੰ ਸ਼ੀਆ ਵੀ ਮੁਸਲਮਾਨ ਕਹਿ ਰਹੇ ਨੇ, ਤੁਹਾਡਾ ਜਿਹੜਾ ਅਹਿਮਦੀ ਉਹ ਵੀ ਮੁਸਲਮਾਨ ਕਹਿ ਰਿਹਾ, ਤੇ ਖਰਾਜ ਕਿਸ ਬਿਨਾ ਤੇ ਕਰ? ਤੁਸੀਂ ਤਾਂ ਕਹਿੰਦੇ ਹੋ ਜਿਹੜਾ ਖੁਦ ਨੂੰ ਮੁਸਲਮਾਨ ਕਹੇ ਉਹਨੂੰ ਕੋਈ ਕਾਫਰ ਨਹੀਂ ਕਹਿ ਸਕਦਾ। ਇੱਕ ਹੁੰਦਾ ਹੈ ਸ਼ੀਆ ਦਾ ਮਾਮਲਾ ਜਾਂ ਜੋ ਵੀ ਹੈ, ਮੈਂ ਉਹਨੂੰ ਦੱਸਦਾ ਵਾਂ, ਉਹਨਾਂ ਨੇ ਛੁੱਪ ਕੇ ਇੱਕ ਲਵ ਮੈਰਿਜ ਕਰ ਲਈ ਯਾਰ, ਭਾਵੇਂ ਛੁੱਪ ਕੇ ਲਵ ਮੈਰਿਜ ਕੀਤੀ, ਭਾਵੇਂ ਘਰੋਂ ਨੱਸ ਗਏ, ਉਹ ਜਦੋਂ ਖੁਦ ਕਲੇਮ ਕਰ ਰਿਹਾ ਕਿ ਅਸੀਂ ਮੁਸਲਮਾਨ ਹਾਂ, ਤੇ ਜਮਾਤ ਨੇ ਕਿੱਦਾਂ ਖਰਾਜ ਕਰ ਦਿੱਤਾ ਉਹਦਾ? ਹੁਣ ਮੇਰੇ ਇੱਕ ਹੋਰ ਜਾਣਨੇ ਵਾਲੇ ਨੇ, ਉਹਨਾਂ ਨੇ ਇਸੇ ਤਰ੍ਹਾਂ ਲਵ ਮੈਰਿਜ ਕੀ ਹੈ, ਲੇਕਿਨ ਮੇਰਾ ਸਵਾਲ ਸ਼ੇਰ ਸਾਹਿਬ ਹੈ ਵੇ, ਕਿ ਜਮਾਤ ਨੇ ਖਰਾਜ ਕਿਉਂ ਕੀਤਾ ਜਦੋਂ ਤੁਸੀਂ ਆਪਣੇ ਮੂੰਹੋਂ ਕਹਿ ਰਹੇ ਹੋ ਕਿ ਅਸੀਂ ਸ਼ੀਆ ਨੂੰ ਵੀ ਮੁਸਲਮਾਨ ਸਮਝਦੇ ਹਾਂ, ਤੇ ਜਿਹੜੇ ਤੁਹਾਡੇ ਅਹਿਮਦੀ ਨੇ ਉਹ ਵੀ ਮੁਸਲਮਾਨ ਨੇ, ਔਰ ਉਹ ਦੋਨੋਂ ਵੀ ਆਪਣੇ ਆਪ ਨੂੰ ਮੁਸਲਮਾਨ ਕਹਿ ਰਹੇ ਨੇ, ਤੇ ਖਰਾਜ ਤੁਸੀਂ ਕਿੰਜ ਕਰਤਾ ਉਹਦਾ? ਤੁਹਾਡੇ ਕੋਲ ਕੀ ਇਖਤਿਆਰ ਆ ਕਿਸੇ ਨੂੰ ਕੱਢਣ ਦਾ ਆਪਣੇ ਮਜ਼ਹਬ ਚੋਂ, ਦੀਨ ਚੋਂ?
ਉਹ ਭਾਈ ਯਾਰ ਤੁਹਾਨੂੰ ਯਾਰ ਜ਼ਿਆਦ ਸਾਹਿਬ ਯਾਰ ਤੁਸੀਂ ਤੁਹਾਡਾ ਕਦ ਮੇਰੇ ਕੋਲੋਂ ਬਹੁਤ ਵੱਡਾ ਵਾ, ਇਲਮੀ ਦਲਾਇਲ ਵੀ ਤੁਸੀਂ ਮੇਰੇ ਕੋਲੋਂ ਬਹੁਤ ਵੱਧ ਦੇ ਸਕਦੇ ਹੋ। ਮੈਂ ਇੰਨੀ ਸਾਦਾ ਅਲਫਾਜ਼ ਸੀ, ਅਸੀਂ ਉਹਨੂੰ ਮਿਲਤ ਇਸਲਾਮੀਆ ਇਸਲਾਮ ਤੇ ਦਾਇਰੇ ਚੋਂ ਬਾਹਰ ਨਹੀਂ ਕੱਢਿਆ। ਤੇ ਇਸਲਾਮ ਕਿਹੜੇ ਦਾਇਰੇ? ਅਹਿਮਦੀਅਤ ਅਹਿਮਦੀਅਤ ਦੇ ਦਾਇਰੇ ਚੋਂ ਬਾਹਰ ਕੱਢਿਆ ਜੀ। ਜਿਹੜਾ ਸਾਡਾ ਇੱਕ ਨਿਜ਼ਾਮ ਹੈ ਅਹਿਮਦੀ ਦਾਇਰਾ ਜਿਹਨੂੰ ਅਹਿਮਦੀਅਤ ਅਹਿਮਦੀਅਤ ਚੋਂ ਕੱਢਿਆ, ਅਹਿਮਦੀਅਤ ਚੋਂ ਸਿੱਧਾ ਸਿੱਧਾ ਦੱਸੋ ਨਾ, ਅਹਿਮਦੀਅਤ ਚੋਂ ਕੱਢਿਆ? ਹਾਂ ਤੁਹਾਡੇ ਕੋਲ ਕੀ ਇਖਤਿਆਰ ਆ ਤੁਹਾਡੇ ਕੋਲ ਅਹਿਮਦੀਏ ਚੋਂ ਕੱਢਣ ਦਾ? ਜਿਹੜਾ ਵਕਤ ਦੇ ਇਮਾਮ ਜੋ ਮਾਰੂ ਫੈਸਲਾ ਕਰੇ ਉਹਨਾਂ ਦਾ ਤੁਸੀਂ ਭਾਈ ਵਕਤ ਤੁਹਾਡੇ ਕੋਲ ਕੀ ਇਖਤਿਆਰ ਆ? ਨਾਲੇ ਤੁਸੀਂ ਤਾਂ ਕਹਿੰਦੇ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਕਹਿ ਉਹਨੂੰ ਕੋਈ ਕਾਫਰ ਨਹੀਂ ਕਹਿ ਸਕਦਾ, ਕਿਸੇ ਕੋਲ ਇਖਤਿਆਰ ਨਹੀਂ ਹੈ। ਹੁਣ ਦੇਖੋ ਦੋ ਗੱਲਾਂ, ਤੁਹਾਡੀ ਅਹਿਮਦੀਅਤ ਨੂੰ ਤੁਸੀਂ ਸੱਚਾ ਇਸਲਾਮ ਨਹੀਂ ਕਹਿੰਦੇ? ਉਹ ਸੱਚੇ ਇਸਲਾਮ ਚੋਂ ਕਿੱਦਾਂ ਕੱਢ ਦਿੱਤਾ ਤੁਸੀਂ ਉਹਨੂੰ? ਅਸੀਂ ਮੁਸਲਮਾਨ ਤੁਹਾਨੂੰ ਕੱਢੀਏ ਇਸਲਾਮ ਚੋਂ ਤੇ ਤੁਸੀਂ ਟੈਂ ਟੈਂ ਕਰਦੇ ਹੋ, ਰੌਲਾ ਪਾਇਆ ਹੁੰਦਾ ਸਾਰਾ ਦਿਨ, ਸਾਨੂੰ ਕਾਫਰ ਕਹਿਤਾ ਕਾਫਰ ਕਹਿਤਾ। ਉਧਰੋਂ ਤੁਸੀਂ ਕਹਿੰਦੇ ਹੋ ਅਹਿਮਦੀਅਤ ਸੱਚਾ ਇਸਲਾਮ ਆ ਤੇ ਉਹ ਸੱਚੇ ਇਸਲਾਮ ਚੋਂ ਬੰਦੇ ਨੂੰ ਤੁਸੀਂ ਕੱਢੀ ਜਾਂਦੇ ਹੋ। ਗੁਨਾਹ ਉਹਦਾ ਇਹ ਹੈ ਕਿ ਜੇ ਉਹਨੇ ਇੱਕ ਮੁਸਲਮਾਨ ਲੜਕੀ ਨਾਲ ਸ਼ਾਦੀ ਕਰ ਲਈ ਤੇ ਹੋਰ ਕਿਸੇ ਹਿੰਦੂ ਨਾਲ ਕਰਨੀ ਚਾਹੀਦੀ ਸੀ? ਹੈਲੋ ਇਹ ਵੇਖੋ ਦੋਹਰੇ ਚਿਹਰੇ ਇਸ ਮਰਜ਼ੀਅਤ ਦੇ। ਹਾਂਜੀ ਤੇ ਹੁਣ ਚੈੱਕ ਕਰ ਲਓ ਇਹਨਾਂ ਨੂੰ। ਹੁਣ ਇੱਥੇ ਆ ਕੇ ਕਹਿ ਰਹੇ ਕਿ ਅਸੀਂ ਅਹਿਮਦੀਏ ਚੋਂ ਕੱਢ ਦਿੱਤਾ, ਵੀ ਤੁਸੀਂ ਤੁਹਾਡੇ ਕੋਲ ਹੈ ਇਖਤਿਆਰ ਕਿ ਜਿਨ੍ਹਾਂ ਨੂੰ ਤੁਸੀਂ ਮੁਸਲਮਾਨ ਸਮਝਦੇ ਹੋ ਕਹਿੰਦੇ ਹੋ ਕਿ ਅਸੀਂ ਉਹਨਾਂ ਨੂੰ ਗੈਰ ਅਹਿਮਦੀਏ ਨੂੰ ਅਸੀਂ ਕਾਫਰ ਨਹੀਂ ਕਹਿੰਦੇ ਮੁਸਲਮਾਨ ਹੀ ਸਮਝਦੇ ਹਾਂ, ਤੂੰ ਇੱਕ ਤੁਹਾਡਾ ਅਹਿਮਦੀ ਅਗਰ ਮੁਸਲਮਾਨ ਲੜਕੀ ਨਾਲ ਸ਼ਾਦੀ ਕਰ ਲੈ ਅਤੇ ਉਹਨੂੰ ਤੁਸੀਂ ਆਪਣੇ ਮਜ਼ਹਬ 'ਚੋਂ ਸੱਚੇ ਇਸਲਾਮ 'ਚੋਂ ਕੱਢ ਸਕਦੇ ਹੋ, ਤੁਹਾਡੇ ਕੋਲ ਇਖਤਿਆਰ ਹੈ, ਅਤੇ ਅਸੀਂ ਉਹਨਾਂ ਨੂੰ ਵੀ ਇਸਲਾਮ 'ਚੋਂ ਨਹੀਂ ਕੱਢ ਸਕਦੇ ਜਿਨ੍ਹਾਂ ਨੂੰ ਅਸੀਂ ਕਾਫਰ ਕਹਿੰਦੇ। ਅੰਦਾਜ਼ਾ ਕਰ ਲਓ ਇਹਨਾਂ ਦੀ ਮੁਨਾਫਕਤ ਦਾ। ਯਾਰ ਸੁਣ ਭਾਈ, ਇਹ ਉਂਝ ਵੀ ਝੂਠ ਬੋਲਦਾ ਪਿਆ, ਸੁਹੇਲ ਨਾਸਰ ਵੀ ਉਹ ਪਿੱਛੇ ਵੀ ਝੂਠ ਬੋਲਦੇ ਪਏ ਸਨ। ਇਹ ਲਾਹੌਰੀ ਮਰਜ਼ਈਆਂ ਨੂੰ ਬਿਲਕੁਲ ਕਾਦੀਆਨੀ ਮਰਜ਼ਈ ਨਹੀਂ ਸਮਝਦੇ, ਬਲਕਿ ਉਹਨਾਂ ਨੂੰ ਮੁਰਤਦ ਕਹਿੰਦੇ ਨੇ। ਸਾਡੇ ਸਾਹਮਣੇ ਜ਼ਿੰਦਾ ਮਸਾਲੇ ਤਾਰਕ ਚੌਹਾਨ ਸਾਡੇ ਕੋਲ ਆਉਂਦਾ, ਉਹਨੂੰ ਰੋਜ਼ ਮੁਰਤਦ ਕਹਿੰਦੇ ਨੇ, ਝੂਠ ਬੋਲ ਲਈ ਜਾਂਦੇ ਨੇ, ਝੂਠ ਬੋਲੀ ਜਾਂਦੇ ਨੇ। ਅੱਛਾ, ਜਿਹੜਾ ਤੁਹਾਡਾ ਸਵਾਲ ਸੀ ਬਹੁਤ ਅੱਛਾ ਸਵਾਲ ਸੀ ਕਿ ਬਈ ਨਿਦਾ ਨਸਰ ਦੇ ਉੱਤੇ ਤਾਂ ਬੜੀ ਸਰਜਨਿਸ਼ ਹੋਈ ਹੈ, ਉਹਦੇ ਉੱਤੇ ਤਾਂ ਜਮਾਤ ਹਰਕਤ ਵਿੱਚ ਆ ਗਿਆ, ਜਮਾਤ ਦਾ ਸਾਰਾ ਨਿਜ਼ਾਮ, ਅਤੇ ਜਿਹੜੇ ਉਹ ਸਾਲੇ ਮੁਜਰਮ ਸਨ ਮਿਰਜ਼ਾ ਲੁਕਮਾਨ ਅਤੇ ਮੀਆਂ ਅਮਰ ਅਤੇ ਸ਼ੈਂਡੀ ਸ਼ਾਹ ਅਤੇ ਸਾਰੇ ਜਿਹੜੇ ਲੱਗੇ ਹੁੰਦੇ ਸਨ, ਇਹਨਾਂ 'ਤੇ ਕਿਉਂ ਨਹੀਂ ਆਇਆ? ਉਹਦੀ ਵਜ੍ਹਾ ਇਹੀ ਸਰ ਕਿ ਉਹ ਜਿਹੜੇ ਦੂਸਰੇ ਸਨ ਨਾ, ਉਹਨਾਂ ਨੇ ਜਮਾਤ ਦੇ ਕਾਨੂੰਨ ਦੇ, ਜਮਾਤ ਦੀ ਫਿਕ ਅਤੇ ਮਿਰਜ਼ਾ ਸਾਹਿਬ ਦੇ ਬਿਤਾਏ ਅਸੂਲਾਂ ਦੇ ਤਹਿਤ ਚੱਲਦੇ ਜ਼ਨਾਬ ਜ਼ਬਰ ਕਰਕੇ ਕੋਈ ਮਾਫ਼ੀ ਸ਼ਾਫ਼ੀ ਮੰਗ ਲਈ ਹੋਣੀ, ਇਸ ਕਰਕੇ ਉਹਨਾਂ ਦਾ ਮਤਲਬ ਚੱਲਣਾ ਹੀ ਨਹੀਂ ਨਾ, ਕੋਈ ਹੁਕਮ ਲੱਗਣਾ ਹੀ ਨਹੀਂ ਖਲੀਫੇ ਦਾ। ਉਹ ਵੇਖੋ ਕਿ ਉਹ ਜਿਹੜਾ ਹੈ ਸੀ ਆਮਰ, ਉਹਦੀ ਤਾਂ ਸਬੂਤ ਵੀ ਮੌਜੂਦ ਆ, ਖੁਦ ਮਿਰਜ਼ਾ ਮਸਰੂਰ ਆਪਣੀ ਜ਼ੁਬਾਨੀ ਕਹਿ ਰਿਹਾ ਨਿਦਾ ਨਸਰ ਨੂੰ ਕਿ ਤੂੰ ਮੈਨੂੰ ਦੱਸਿਆ ਸੀ ਪਿਛਲੀ ਵਾਰੀ ਮੈਂ ਉਹਦੇ ਕੋਲ ਗਈ ਸੀ ਅਤੇ ਉਹਦਾ ਰੈਕਸ਼ਨ ਨਹੀਂ ਹੋਈ, ਪੜਾਈ ਨਹੀਂ ਹੋਇਆ, ਯਾਨੀ ਆਹੋ, ਯਾਨੀ ਜ਼ਨਾਕਾਰੀ ਦਾ ਸਬੂਤ, ਜ਼ਨਾਕਾਰੀ ਦਾ ਸਬੂਤ
ਜਿਹੜਾ ਮਿਲ ਗਿਆ ਵੀ ਉਹਨੇ ਗਲਤ ਕਾਰੀ ਕਰਨ ਦੀ ਕੋਸ਼ਿਸ਼ ਕੀਤੀ ਆ, ਸਿਰਫ ਖੜਾ ਨਹੀਂ ਹੋਇਆ, ਬਾਕੀ ਤਾਂ ਸਾਰਾ ਕੁਛ ਉਹਨੇ ਕਰ ਹੀ ਲਿਆਉਣਾ, ਅਤੇ ਇਹ ਉਹਨੂੰ ਸਬੂਤ ਵੀ ਹੈ ਉਹਦੇ ਕੋਲ, ਇਕਰਾਰ ਮੌਜੂਦ ਆ, ਕਿਆ ਉਹਦਾ ਇਖਰਾਜ ਕੀਤਾ ਉਹਨੇ? ਨਹੀਂ ਕੀਤਾ, ਨਹੀਂ ਤਾਂ ਉਹਨਾਂ ਸਿਰਫ ਫਿਰ ਉਹਦੇ ਸਾਹਮਣੇ ਬੈਠੀ ਹੈ ਗੱਲਾਂ ਕਰਨ ਲਈ, ਦੂਜੀ ਵਾਰੀ ਆਖਿਆ ਕਿ ਤੂੰ ਉਹ ਦੱਸ ਵੀ ਰਿਹਾ ਕਿ ਤੂੰ ਪਹਿਲੀ ਵਾਰੀ ਮੈਨੂੰ ਦੱਸਿਆ ਸੀ ਮੈਂ ਉੱਥੇ ਗਈ, ਇਹ ਤਾਂ ਬਕੌਲ ਮਿਰਜ਼ਾ ਮਸਰੂਰ ਦੇ ਜ਼ਨਾਹ ਕਰਾਉਣ ਗਈ ਸੀ ਨਾ, ਇਹਦਾ ਕਿਉਂ ਇਖਰਾਜ ਕੀਤਾ? ਉਲਟਾ ਉਹਨੂੰ ਕਹਿ ਰਿਹਾ ਸੀ ਮਿਰਜ਼ਾ ਮਸਰੂਰ ਕਿ ਤੂੰ ਜਮਾਤ ਛੱਡ ਦਿਓ, ਕਹਿੰਦੀ ਮੈਂ ਕਿਉਂ ਛੱਡਾਂ, ਤੁਸੀਂ ਕੱਢਣਾ ਤਾਂ ਮੈਨੂੰ ਕੱਢੋ, ਉਹਦੇ ਤੱਕ ਉਹਨੇ ਨਹੀਂ ਸੀ ਕੱਢਿਆ ਹੋਇਆ, ਹਾਲੇ ਤੱਕ ਨਹੀਂ ਕੱਢਿਆ ਉਹਨੂੰ ਨਿਧਾ ਨਸਰ ਨੂੰ ਜਮਾਤ 'ਚੋਂ, ਨਾ ਉਹਦੀ ਮਾਂ ਦਾ ਇਖਰਾਜ ਨਹੀਂ ਕੀਤਾ, ਧਮਕੀਆਂ ਦੇ ਰਿਹਾ ਸੀ ਕਿ ਤੇਰੇ ਖਿਲਾਫ ਨਿਜ਼ਾਮ ਜਮਾਤ ਦਾ ਨਿਜ਼ਾਮ ਹਰਕਤ 'ਚ ਆਏਗਾ ਜੇ ਤੂੰ ਨਾ। ਅੱਛਾ ਦੇਖੋ, ਦੂਸਰੀ ਗੱਲ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ, ਜ਼ਿਆ ਰਸੂਲ ਭਾਈ ਇਹਨਾਂ ਦੀ ਜਮਾਤ ਦੇ ਵਿੱਚ ਕੀ ਕਹਿੰਦੇ ਨੇ ਉਹ ਜਿਹੜੀ ਦੂਸਰੀ ਪਾਰਟੀ ਹੈ ਜ਼ਨਾਕਾਰ ਪਾਰਟੀ, ਉਹਨੂੰ ਨਾ ਕੱਢਣ ਦੀ ਇੱਕ ਵਜ੍ਹਾ ਤਾਂ ਮੈਂ ਤੁਹਾਨੂੰ ਦੱਸੀ ਹੈ ਕਿ ਇਹਨਾਂ ਦੀ ਫੀਕ ਦੇ ਵਿੱਚ ਕੋਈ ਜ਼ਨਾ ਬਿਲ ਜ਼ਬਰ ਦੀ ਸਜ਼ਾ ਹੈ ਹੀ ਨਹੀਂ, ਮਾਫ਼ੀ ਮੰਗ ਲਓ ਤਾਂ ਕੰਮ ਚੱਲ ਜਾਂਦਾ। ਜਿਹੜਾ ਜ਼ਿਆਦਾ ਵੱਡਾ ਜੁਰਮ ਹੈ ਨਾ, ਉਹ ਇਹ ਖਲੀਫੇ ਦੀ ਗੱਲ ਨਾ ਮੰਨਣਾ, ਉਹਨਾਂ ਸਾਲਿਆਂ ਨੇ ਆਪਣਾ ਮੂੰਹ ਕਾਲਾ ਕਰਾ ਕੇ ਸਭ ਕੁਛ ਕਰਕੇ ਖਲੀਫੇ ਦੀ ਗੱਲ ਮੰਨ ਲਈ, ਇਸ ਕਰਕੇ ਉਹਨਾਂ ਦਾ ਇਖਰਾਜ ਵੀ ਨਹੀਂ ਹੋਇਆ। ਨਿਦਾ ਕਿਉਂਕਿ ਖਲੀਫੇ ਦੀ ਗੈਰ ਮੁਤਬਰ ਗੱਲ, ਪਹਿਲੇ ਇਹਨਾਂ ਦਾ ਜਿਹੜਾ ਕਿੱਥੇ ਗਿਆ ਨੇ, ਜ਼ਰਾ ਵਾਪਸ ਬੁਲਾਓ ਜਾਂ ਕਿਸੇ ਕਾਦਿਆਨੀ ਨੂੰ ਬੁਲਾਓ। ਅੱਜ ਤੋਂ 5 ਸਾਲ ਪਹਿਲੇ ਤੀਕਰ ਨਾ, ਜ਼ਿਆ ਰਸੂਲ ਭਾਈ ਇਹਨਾਂ ਦਾ ਜਿਹੜਾ ਸਲਾਨਾ ਜਲਸਾ ਹੁੰਦਾ ਨਾ, ਉਹਦੇ 'ਤੇ ਜਿਹੜੀ ਉਹ ਸਜਦੇ ਕਰਦੇ ਨੇ ਬੇਰੁਖੇ ਸਜਦੇ, ਕਿੱਥੇ ਕਿਸੇ ਦੀ ਢੂਈ ਦੇ ਵਿੱਚ ਕਿਸੇ ਦਾ ਸਿਰ ਵੜਿਆ ਹੁੰਦਾ, ਕਿਸੇ ਦੀ ਢੂਈ ਦੇ ਵਿੱਚ ਕਿਸੇ ਦਾ ਸਿਰ ਵੜਿਆ ਹੁੰਦਾ, ਉਹਦੇ ਵਿੱਚ ਬੈਤ ਜਿਹੜੀ ਤਜਦੀਦੇ ਅਹਿਦ ਹੁੰਦੀ ਸੀ ਨਾ, ਤਜਦੀਦੇ ਅਹਿਦ, ਉਹਦੇ ਵਿੱਚ ਅਲਫਾਜ਼ ਹੈਗੇ ਸਨ ਜ਼ਿਆ ਰਸੂਲ ਭਾਈ ਕਿ ਅਸੀਂ ਖਲੀਫਾ ਦੇ ਹਰ ਮਾਰੂਫ ਹੁਕਮ ਦੇ ਤਹਿਤ ਚੱਲਾਂਗੇ। ਹਰ ਮਾਰੂਫ, ਮਾਰੂਫ ਤੋਂ ਮੁਰਾਦ ਹੈ ਜਿਹੜੀ ਗੱਲ ਉਹ ਸ਼ਰੀਅਤ ਦੇ ਮੁਤਾਬਕ ਕਰ ਰਿਹਾ ਹੋਵੇ, ਜਿਹੜੀ ਕੋਈ ਚੰਗੀ ਗੱਲ ਕਰ ਰਿਹਾ ਹੋਵੇ, ਗਲਤ ਗੱਲ ਦਾ ਹੁਕਮ ਦੇਗਾ ਤਾਂ ਖਲੀਫਾ ਨਹੀਂ ਮੰਨਾਂਗੇ ਪਹਿਲੇ। ਹੁਣ ਇਹਨੇ ਨਿਦਾ ਨਸਰ ਦੇ ਕੇਸ ਤੋਂ ਬਾਅਦ ਜਿਹੜੀ ਪਿਛਲੇ 2 ਸਾਲਾਂ ਤੋਂ ਤੀਸਰਾ ਇਹਨਾਂ ਦਾ ਹੁਣੇ ਜਲਸਾ ਹੋਣ ਵਾਲਾ, 2 ਸਾਲਾਂ ਤੋਂ ਪਿੱਛੇ ਜਿਹੜੀ ਤਜਦੀਦ ਹੋਈ ਹੈ ਨਾ, ਉਹਦਾ ਅਹਿਦਨਾਮਾ ਔਨਲਾਈਨ ਮੌਜੂਦ ਹੈਗਾ, ਜਾ ਕੇ ਪੜ੍ਹ ਲਓ ਉਹ ਤਜਦੀਦੇ ਐਤ ਦਾ ਜਿਹੜਾ ਮਤਨ ਹੈਗਾ, ਉਹਦੇ ਵਿੱਚ ਉਹਨਾਂ ਨੇ ਮਰੂਫ ਕੱਢ ਦਿੱਤਾ। ਹੁਣ ਖਲੀਫਾ ਦੇ ਹਰ ਹੁਕਮ ਦਾ, ਭਾਵੇਂ ਉਹ ਮਰੂਫ ਹੋਵੇ, ਭਾਵੇਂ ਮਰੂਫ ਨਾ ਹੋਵੇ, ਭਾਵੇਂ ਸ਼ਰੀਅਤ ਦੇ ਨਾਲ ਮੈਚ ਕਰਦਾ ਹੋਵੇ, ਭਾਵੇਂ ਸ਼ਰੀਅਤ ਤੋਂ, ਕਾਦੀਆਨੀਆਂ ਦੀ ਸ਼ਰੀਅਤ ਦੀ ਗੱਲ ਕਰਨਾ ਪਿਆ, ਕਾਦੀਆਨੀਆਂ ਦੀ ਸ਼ਰੀਅਤ ਤੋਂ ਲੈਦਾ ਹੋਵੇ, ਜੋ ਵੀ ਹੋਵੇ, ਖਲੀਫੇ ਦਾ ਹੁਕਮ ਮੰਨਣਾ, ਨਹੀਂ ਮੰਨੋਗੇ ਤਾਂ ਨਿਜ਼ਾਮ ਹਰਕਤ 'ਚ ਆਏਗਾ। ਇਹ ਕੈਸਾ ਯਾਰ ਅਜੀਬੋ ਗਰੀਬ ਇਹਨਾਂ ਦਾ ਮਜ਼ਹਬ ਹੈਗਾ, ਮੈਨੂੰ ਸਮਝ ਨਹੀਂ ਆਉਂਦੀ ਬਿਸ਼ਰਮਾ ਦਾ। ਇੱਕ ਖਲੀਫੇ ਨੂੰ ਆਪਣਾ ਤਜਦੀਦੇ ਇਹ ਜਿਹੜਾ ਤੁਸੀਂ ਐਡੇ ਅਰਸੇ ਤੋਂ ਕਰਦੇ ਪਏ ਸੋ, ਉਹਨੂੰ ਤੁਸੀਂ ਚੇਂਜ ਕਰਤਾ ਸਿਰਫ ਸ਼ੈਂਡੀ ਸ਼ਾਹ ਨੂੰ ਬਚਾਉਣ ਵਾਸਤੇ, ਸਿਰਫ ਮੀਆਂ ਅਮਰ ਨੂੰ ਬਚਾਉਣ ਵਾਸਤੇ, ਸਿਰਫ ਮਿਰਜ਼ਾ ਲੁਕਮਾਨ ਨੂੰ ਬਚਾਉਣ ਵਾਸਤੇ, ਉਹਨਾਂ ਨੇ ਪੂਰਾ ਤਜਦੀਦ ਹੀ ਚੇਂਜ ਕਰਤੀ ਕਿ ਜੀ ਹੁਣ ਖਲੀਫੇ ਦਾ ਹਰ ਹੁਕਮ ਮੰਨਣਾ ਪਏਗਾ, ਨਹੀਂ ਮੰਨੋਗੇ ਤਾਂ ਤੁਸੀਂ ਐਦ ਖਿਲਾਫੀ ਕਰ ਰਹੇ ਹੋ, ਆਪਣਾ ਐਦ ਜਿਹੜਾ ਤੁਸੀਂ ਬੈਤ ਕੀਤੀ ਤੁਹਾਡੀ ਟੁੱਟ ਜਾਏਗੀ। ਕੀ ਯਾਰ ਲਾਂਤੀ ਕਿਸਮ ਦੇ ਲੋਕ ਨੇ, ਸ਼ਰੀਅਤ ਕੋਈ ਬਦਲ ਦਿੱਤੇ ਹੈ, ਖੁਦ ਨਹੀਂ ਬਦਲਤੇ। ਕੀ ਉਹ ਸ਼ੇਰ ਹੈਗਾ ਸੀ ਯਾਰ ਬੜਾ ਜ਼ਬਰਦਸਤ, ਕਿਸੇ ਨੇ ਪੜ੍ਹਿਆ ਸੀ, ਮੈਨੂੰ ਭੁੱਲ ਗਿਆ, ਬਦਲ ਦਿੱਤੇ ਹੈ ਦੀਨ ਕੋ ਖੁਦ ਨਹੀਂ ਬਦਲਤੇ। ਇਹਨਾਂ ਨੇ ਆਪਣੀ ਕਾਦੀਆਨੀਆਂ ਦੀ ਆਪਣੀ ਸ਼ਰੀਅਤ ਚੇਂਜ ਕਰਤੀ, ਆਪਣਾ ਅਹਿਦ, ਆਪਣੀ ਬੈਤ ਦਾ ਜਿਹੜਾ, ਜਿਹੜੇ ਆਲਰੇਡੀ ਕਾਦੀਆਨੀ ਹੈ ਨੇ ਜਿਹੜਾ ਉਹਨੂੰ ਕਰਦੇ ਸਨ, ਉਹਦੇ ਵਿੱਚੋਂ ਤਬਦੀਲੀ ਕੀਤੀ ਸਿਰਫ ਇਸ ਵਾਕਏ ਤੋਂ ਬਾਅਦ। ਅਸਲਾਮ ਅਲੈਕੁਮ, ਬਿਸਮਿਲ੍ਲਾ। ਤੂੰ ਇੱਥੇ ਆਇਆ ਤਾਂ ਭਰੋਂ ਨਾ ਮਿਰਜ਼ਾ ਕਾਦੀਆਨੀ ਸਾਰੀ ਜ਼ਿੰਦਗੀ ਕੁਰਾਨ ਬਦਲਦਾ ਰਿਹਾ, ਤੂੰ ਇਹ ਤਾਂ ਫਿਰ ਹੁਣ ਇਹ ਤਾਂ ਕੁਰਾਨ ਬਦਲਣੇ ਵਾਲੇ ਬੰਦੇ ਨੇ। ਇਹ ਆਪਣੇ ਮੁਫਾਦ ਵਾਸਤੇ ਕੁਰਾਨ ਬਦਲ ਦਿੰਦੇ ਨੇ। ਬਿਲਕੁਲ ਇੰਨੀ ਗੱਲ ਨਹੀਂ ਭਾਈ, ਬਿਲਕੁਲ ਉਹੀ ਕੁਰਾਨ ਸੀ, ਉਸੇ ਤੂੰ ਹਜ਼ਾਤ ਮਸੀਹ ਸਾਬਤ ਸੀ, ਉਸੇ ਦੀ ਤਸਦੀਕ ਨਬੀ ਕਰੀਮ ਤੂੰ ਹੋ ਰਹੀ ਸੀ,
ਉਸੇ ਕਿਤਾਬ ਦੀ, ਉਸੇ ਕੁਰਾਨ ਦੀ ਵਫਾਤ ਮਸੀਹ ਸ਼ਾਬਤ ਸ਼ੁਰੂ ਕਰ ਦਿੱਤੀ ਨੇ। ਉਸੇ ਕੁਰਾਨ ਦਾ ਕਹਿੰਦੇ ਨੇ ਕਿ ਇਸ ਮਸੀਹ ਦੀ ਆਮਦ ਦਾ ਕੋਈ ਜ਼ਿਕਰ ਨਹੀਂ, ਉਸੇ ਮਸੀਹ ਦੀ ਆਮਦ ਦੇ ਸਬੂਤ ਕੱਢਣੇ ਸ਼ੁਰੂ ਕਰ ਦਿੱਤੇ ਨੇ। ਉਸੇ ਕੁਰਾਨ 'ਚ ਸਾਬਤ ਕਰਨ ਦੇ ਨਬੀ ਤਾਂ ਆ ਹੀ ਨਹੀਂ ਸਕਦਾ ਨਾ, ਨਬੀ ਤਾਂ ਬਿਲਕੁਲ ਮੁਨਕਤ ਹੈ ਸਿਲਸਿਲਾ। ਉਸੇ ਕੁਰਾਨ 'ਚ ਇਜ਼ਰਾਇਲ ਨਬੂਤ ਸ਼ੁਰੂ ਕਰ ਦਿੱਤੀ ਨੇ। ਹੁਣ ਤੂੰ ਦੱਸ ਕੀ ਕਰੇ ਬੰਦਾ ਇੱਥੇ ਇਹਨਾਂ ਨਾਲ? ਅੱਛਾ ਨਹੀਂ ਭਾਈ, ਤੁਸੀਂ ਸਾਰੀਆਂ ਕਿਤਾਬਾਂ ਮਿਰਜ਼ਾ ਸਾਹਿਬ ਦੀਆਂ ਪੜ੍ਹੀਆਂ ਨੇ। ਇੱਕ ਮਿੰਟ ਮਲਿਕ ਇਮਰਾਨ, ਕਿਹੜੀ ਚੀਜ਼ ਨੂੰ ਮਾਫ਼ ਕੀਤਾ? ਕੁਰਾਨ ਉਹਨੇ ਬਦਲਿਆ, ਹਦੀਸ ਉਹਨੇ ਬਦਲੀ, ਬਾਈਬਲ ਉਹਨੇ ਬਦਲੀ, ਹੱਤਾ ਕਿ ਹਿੰਦੂਆਂ ਦੇ ਜਿਹੜਾ ਮੁਨਾਜ਼ਰਾ ਹੋਇਆ ਸੀ ਮਾਸਟਰ ਮੁਰਲੀਧਰ ਦੇ ਨਾਲ, ਉਹਦੀ ਵਜ੍ਹਾ ਕੀ? ਮੇਰੀ ਗੱਲ ਸੁਣਨਾ, ਗੱਲ ਤਾਂ ਸੁਣਨਾ ਵੀ, ਪਿਓ ਖਲ ਕੇ ਪਿਓ ਵਿਹੜੇ 'ਚ ਫਿਰ ਕੇ ਮੂਤਰਨਾ ਹੋਵੇ ਤਾਂ ਤੂੰ ਉਸਦੇ ਪੁੱਤਰੇ 'ਤੇ ਜਾਂ ਗਲੀ 'ਚ ਖਲ ਕੇ ਮੂਤਰਨਾ ਵਾਸਤੇ ਕੀ ਗਿਲਾ ਕਰੇਗਾ? ਖਲ ਕੇ ਹੀ ਮੂਤਰਨਾ ਨਾ, ਜਿਸ ਪਿਊਆ ਵਿਹੜੇ 'ਚ ਫਿਰ ਕੇ ਮੂਤਰਨਾ ਤੱਕਿਆ ਉਹਨੇ ਉਸ ਗਲੀ 'ਚ ਖਲ ਕੇ ਹੀ ਮੂਤਰਨਾ, ਉਹ ਬਹਿ ਕੇ ਕਦੇ ਨਹੀਂ ਮੂਤਰੇਗਾ। ਅੱਛਾ ਨਹੀਂ ਭਾਈ, ਤੁਸੀਂ ਸਾਰੀਆਂ ਕਿਤਾਬਾਂ ਇਸ ਦੀਆਂ ਪੜ੍ਹੀਆਂ? ਤਕਰੀਬਨ ਯਾਰ 90% ਪੜ੍ਹੀਆਂ। ਤੇ ਹਾਲੇ ਵੀ ਤੇ ਦੱਸੋ ਆਵਾਜ਼ ਕਿੱਥੋਂ ਆਉਂਦੀ ਹੈ? ਮੈਂ ਤੁਹਾਨੂੰ ਕੱਲ੍ਹ ਵੀ ਇਸ ਦਾ ਜਵਾਬ ਦਿੱਤਾ ਸੀ ਕਿ ਸਵਾਲ ਹੋ ਗਿਆ, ਇੱਕ ਦਫ਼ਾ ਹੋ ਗਿਆ ਠੀਕ ਹੈ, ਉਸ ਤੋਂ ਬਾਅਦ ਜਿਸ ਦੇ ਸਵਾਲ ਜਿਹੜਾ ਨਾ ਉਹਦੇ ਜਵਾਬ ਗੁਸਤਾਖੀ ਦੇ ਚੱਲੇ ਉਹਨੂੰ ਸਵਾਲ ਆ ਛੋੜ ਦੇਣਾ ਚਾਹੀਦਾ ਹੁੰਦਾ। ਕੱਲ੍ਹ ਤੇਰੇ ਸਾਹਮਣੇ ਉਹ ਭੌਂ ਕੇ ਗਿਆ, ਤੂੰ ਨਸੀਹਤ ਕੋਈ ਨਹੀਂ ਹੋਈ ਇਸ ਗੱਲ ਤੋਂ। ਫਿਰ ਤਾਂ ਮੈਂ ਗੱਲ ਕਮੈਂਟ 'ਚ ਮੈਂ ਦੱਸਦਾ ਕਿ ਸਵਾਲ ਵਾਰ ਵਾਰ ਨਹੀਂ ਕਰੀਦਾ। ਜਿਸਲੇ ਮੁਖਾਲਫ ਇਹ ਜੇ ਸਵਾਲ ਤੂੰ ਜਿਹੜਾ ਹੁੰਦਾ ਤੰਜ਼ੀਆ ਜਿਹਾ ਸਵਾਲ ਹੁੰਦਾ ਨਾ, ਉਸ 'ਤੇ ਭੌਂਕਣਾ ਸ਼ੁਰੂ ਕਰ ਦੇ ਤਾਂ ਆਪੇ ਬੰਦੇ ਗੈਰਤ ਆ ਵੀ ਚਾਹੀਦੀ, ਸਵਾਲ ਨਾ ਛੋੜ ਦੇਵੇ। ਚਲੋ ਹੁਣ ਤਾਂ ਮੈਂ ਤੁਹਾਡੇ ਕੋਲ ਪੁੱਛ ਰਿਹਾ ਨਾ ਬਈ, ਕੋਈ ਇਸ ਗੱਲ ਦਾ ਪਤਾ ਲੱਗਾ ਹੈ? ਕਿਸ ਦਾ? ਮੇਰਾ ਇਹ ਸਵਾਲ ਹੀ ਨਹੀਂ ਹੈ ਨਾ, ਮੈਂ ਇਹਦੀ ਜ਼ਹਿਨੀਅਤ ਦਾ ਬੰਦਾ ਕਿਹਾ ਜੇ ਸਵਾਲ ਤੁਹਾਨੂੰ ਦੱਸਿਆ ਨਹੀਂ ਸੀ ਮਲਕ ਇਮਰਾਨ, ਕੱਲ ਮੈਂ ਤੈਨੂੰ ਦੱਸਿਆ ਨਹੀਂ ਸੀ ਕਿ ਮਿਰਜ਼ਾ ਸਾਹਿਬ ਨੇ ਕੰਨ ਲਾਇਆ ਨੁਸਰਤ ਜਾਨ ਦੀ ਧੁਨੀ ਦੇ ਨਾਲ, ਤੇ ਉੱਥੋਂ ਕਿੱਧਰੋਂ ਆਵਾਜ਼ ਆਈ ਹੋਣੀ, ਹੁਣ ਤੂੰ ਨਹੀਂ ਮੰਨਣੀ, ਤੂੰ ਗੋਡਿਆਂ ਦੇ ਵਿੱਚ ਜ਼ਬਰਦਸਤੀ ਮਿਰਜ਼ਾ ਸਾਹਿਬ ਨੂੰ ਵਾੜਨਾ ਹੈ ਨੁਸਰਤ ਜਾਨ ਦੇ ਗੋਡਿਆਂ ਦੇ ਵਿੱਚ, ਤੇ ਵੜ ਜਾ ਅਸੀਂ ਕੀ ਕਹਿ ਸਕਦੇ ਹਾਂ ਸੋਹਣਿਆ? ਅੱਛਾ ਯਾਰ ਸੂਰ, ਹੁਣ ਤੇਰਾ ਬਰਾੜ ਉੱਥੇ ਕੀ ਝਗੜਾ ਚੱਲ ਰਿਹਾ ਸੀ? ਉੱਥੇ ਇੱਕ ਬੰਦਾ ਉੱਤੇ ਬੈਠਾ ਸੀ, ਉਹ ਸਬਜ਼ ਦੀ ਡੀ ਪੀ ਵਾਲਾ, ਉਹ ਬੰਦਾ ਕੌਣ ਸੀ ਯਾਰ? ਲਓ ਜੀ ਸੁਹੇਲ ਸਾਹਿਬ ਜਵਾਬ ਲੈ ਕੇ ਆਏ ਨੇ। ਹਾਂ ਜੀ, ਅਸਲਾਮ ਵਾਲੇਕੁਮ ਯਾਰ, ਸੋਰੀ ਯਾਰ, ਮੈਂ ਜੰਗਲ ਸੇ ਗੁਜ਼ਰ ਰਹਾ ਥਾ, ਸਿਗਨਲ ਹੀ ਡ੍ਰੌਪ ਹੋ ਗਏ ਯਾਰ, ਸਿਗਨਲ ਹੀ ਕੋਈ ਨਹੀਂ ਆ ਰਹੇ ਥੇ। ਜੰਗਲ ਦੇ ਵਿੱਚ ਮੰਗਲ ਤੇਰਾ। ਅੱਛਾ ਚਲੋ ਯਾਰ, ਦਫਾ ਮਾਰੋ ਯਾਰ, ਇਹ ਤੁਹਾਨੂੰ ਗੱਲਾਂ ਸਮਝ ਹੀ ਕੋਈ ਨਹੀਂ ਆਉਣੀ, ਇਹ ਜਿਹੜਾ ਹਕੀਕੀ ਇਸਲਾਮ ਦੇ ਵਿੱਚ ਇਲਾਈ ਜਮਾਤ 'ਚ ਸ਼ਾਮਿਲ ਹੁੰਦਾ ਉਹਨੂੰ ਸਮਝ ਆ ਜਾਂਦੀ ਹੈ। ਤੁਸੀਂ ਬਸ ਬਾਹਰ ਬੈਠ ਕੇ, ਅੱਛਾ ਆਪਣਾ, ਅੱਛਾ ਯਾਰ ਮੇਰੇ ਪਹਿਲੇ ਸਵਾਲ ਦਾ ਜਵਾਬ ਦਿਓ ਯਾਰ। ਉਹ ਜਵਾਬ ਫਿਰ ਦੇਣਾ ਵੀ ਕੀ ਇਸਲਾਮ ਵਿੱਚ ਸ਼ਾਮਿਲ ਹੋਣੇ ਤੇ ਕਿਹੜੇ ਕੰਮ ਕਰਨੇ ਪੈਂਦੇ ਨੇ, ਉਹਨਾਂ ਦੀ ਤਫਸੀਲ ਦੱਸੋ ਜ਼ਰਾ ਸਾਨੂੰ, ਕਿਹੜਾ ਕਿਹੜਾ ਕੰਮ ਕਰਨਾ ਪੈਂਦਾ ਹੈ? ਕੁਰਾਨ ਉਹ ਹਦੀਸ ਦੇ ਉੱਤੇ ਬਿਲਕੁਲ 100% ਅਮਲ ਦਰਾਮਦ ਕਰਨਾ ਪੈਂਦਾ ਹੈ। ਅੱਛਾ ਯਾਰ, ਕਿਸ ਤਰ੍ਹਾਂ ਵੀ ਉਹ ਮੈਂ ਪਹਿਲੇ ਵੀ ਮੰਨਦਾ ਕੁਰਾਨ ਉਹ ਹਦੀਸ ਆ। ਓਏ ਹਾਏ, ਤੁਹਾਡੀ ਗੱਲਾਂ 'ਚ ਗਲਤ ਰਾਸਤੇ 'ਚ ਆ ਗਿਆ ਸ਼ਾਇਦ। ਨਹੀਂ ਮੈਨੂੰ ਦੱਸੋ, ਅੱਛਾ ਮੈਂ ਕਹਿ ਰਿਹਾ ਸੀ ਯਾਰ, ਨਹੀਂ ਮੈਨੂੰ ਤੁਸੀਂ ਹਕੀਕੀ ਇਸਲਾਮ ਦਾ ਦੱਸਣਾ, ਕਹਿਣਾ ਕੁਣਾ ਕੋਈ ਨਹੀਂ, ਮੈਨੂੰ ਦੱਸੋ ਹਕੀਕੀ ਇਸਲਾਮ ਵਿੱਚ ਬੰਦਾ ਕਿਵੇਂ ਦਾਖਲ ਹੋਏਗਾ, ਮੈਨੂੰ ਕੁਝ ਤਰਤੀਬ ਦੱਸੋ ਨਾ। ਮਿਰਜ਼ਾ ਸਾਹਿਬ ਦੀ ਕਿਤਾਬਾਂ ਨਿਊਟਰਲ ਹੋ ਕੇ ਪੜ੍ਹੋ, ਹੌਲੀ ਹੌਲੀ ਕੁਰਾਨ ਹਦੀਸ ਦੀ ਤਰਫ ਆ ਜਾਓਗੇ। ਇਹ ਸੀੜੀ ਆ ਕੁਰਾਨ ਹਦੀਸ ਦੀ ਤਰਫ ਆਉਣ ਵਾਸਤੇ, ਸਹੀ ਇਸਲਾਮ ਨੂੰ ਸੁਣਾਓ ਨਾ, ਤੁਸੀਂ ਪੜ੍ਹ ਕੇ ਸੁਣਾਓ ਨਾ ਸਾਨੂੰ। ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਕਿਉਂ ਪੜ੍ਹਨੇ ਦੀ ਆਦਤ ਸੁਣਾਉਂਦੇ ਕਿਉਂ ਨਹੀਂ ਹੋ? ਕਿਹੜੀ ਕਿਤਾਬ ਪੜ੍ਹਾਂ? ਬਰੇਨੀਆਂ ਆਉਂਦੀਆਂ ਮਿਰਜ਼ਾ ਸਾਹਿਬ ਨੂੰ ਲੱਭ ਲਿਆ ਵਾ, ਉਹਨਾਂ ਦੇ ਹਵਾਲੇ ਵੀ ਲੱਭ ਲੈਣੇ, ਨਹੀਂ ਬਰੇਨੀਆਂ ਆਉਂਦੀਆਂ ਪੜ੍ਹਾਂ, ਕੁਰਾਨ ਹਦੀਸ ਵੀ ਲੱਭ ਜਾਣਾ ਹੈ ਤੁਹਾਨੂੰ।
ਟੈਨਸ਼ਨ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਬ੍ਰਹਿਮ ਨਿਯਮ ਦੀ ਪੜਾਂ ਦਾਖਲ ਹੋਣੇ ਤੇ ਬੰਦਿਆਂ ਕੀ ਕਰਨਾ ਪੈਂਦਾ ਮੈਨੂੰ ਇਹ ਗੱਲ ਦੱਸਦਾ ਕਿੱਥੇ ਨੇ ਜ਼ਿਆ ਸਾਹਿਬ ਉਹ ਰੋਟੀ ਖਾਂਦੇ ਪਏ ਨੇ ਜਦੋਂ ਸਾਡੇ ਕੋਲ ਕੋਈ ਤਗੜਾ ਸਵਾਲ ਹੁੰਦਾ ਜਿੱਥੇ ਦਫਾ ਲਾਜ਼ਮ ਹੁੰਦਾ ਯਾਰ ਮੇਰਾ ਸਵਾਲ ਤਾਂ ਨਹੀਂ ਯਾਰ ਪੈਣ ਯਾਰ ਨਹੀਂ ਤੰਗ ਕਰੋ ਯਾਰ 100 ਯੂਰੋ ਦੀ ਦਿਹਾੜੀ ਲਾ ਰਿਹਾ ਵਾ ਸ਼ਾਮ ਨੂੰ 50 ਯੂਰੋ ਦੀ ਟੈਕਸੀ ਵੀ ਚਲਾਣੀ ਹੈ ਤੇ ਇਸਲਾਮ ਦੀ ਰਾਹ ਚ ਚੰਦਾ ਵੀ ਦੇਣਾ ਹੈ ਯਾਰ ਨਾ ਮੈਂ ਤੈਨੂੰ ਡੱਕਿਆ 100 ਯੂਰੋ ਦੀ ਦਿਹਾੜੀ ਨਾ ਲਾ ਇਹ ਤੇ ਤੂੰ ਪੇਟ ਦੀ ਖਾਤਰ ਕਰ ਰਿਹਾ ਨਾ ਇਹਦਾ ਦੀਨ ਨਾਲ ਕੀ ਵਾਸਤਾ ਹੈ ਇਹ ਤੇ ਹਰ ਬੰਦਾ ਪੇਟ ਦੀ ਖਾਤਰ ਕਰਦਾ ਭਲੇ ਮੁਸਲਮਾਨ ਹੈ ਭਲੇ ਗੈਰ ਮੁਸਲਮਾਨ ਹੈ ਉਹ ਭਾਈ ਹਲਾਲ ਰਿਸਕ ਕਮਾਣਾ ਵੀ ਹੈ ਇਬਾਦਤ ਹੈ ਯਾਰ ਤੁਸੀਂ ਨਹੀਂ ਸਮਝਿਆ ਸੁਣੀਏ ਗੱਲ ਮੈਂ ਜਿਹੜੀ ਗੱਲ ਕੀਤੀ ਉਹ ਰਿਸਕ ਹਲਾਲ ਇਬਾਦਤ ਹੈ ਨਾ ਰਿਸਕ ਕਮਾਣਾ ਖਾਦੀ ਨਹੀਂ ਰਿਸਕ ਹਲਾਲ ਕਮਾਣਾ ਰਿਸਕ ਸਾਰੇ ਕਮਾਉਂਦੇ ਨੇ ਹਲਾਲ ਰਿਸਕ ਕਮਾਣਾ ਵੀ ਹੈ ਇਬਾਦਤ ਹੈ ਨਾ ਯਾਰ ਅੱਛਾ ਅੱਛਾ ਮੈਂ ਇਹ ਕਹਿ ਰਿਹਾ ਸੀ ਚੰਨਿਆਂ ਵਾਲਾ ਰਿਸਕ ਹਲਾਲ ਸੀ ਆਰਾਮ ਸੀ ਅਸੀਂ ਬਰਕਤ ਪਾ ਲੈਂਦੇ ਨੇ ਨਾ ਇਸਲਾਮ ਦੀ ਰਾਜ ਖਾਸ ਕਰਕੇ ਅੱਛਾ ਯਾਰ ਤੁਸੀਂ ਨਹੀਂ ਯਾਰ ਤੁਸੀਂ ਗੱਲ ਸੁਣਨੀ ਕੋਈ ਨਹੀਂ ਯਾਰ ਮਸਲਾ ਇਹ ਹੈ ਤੁਹਾਡਾ ਮੈਂ ਤੇ ਤੇਰੇ ਕੋਲ ਪੁੱਛਿਆ ਯਾਰ ਮੈਨੂੰ ਦੱਸ ਐਮਡੀ ਦੇ ਦਾਖਲ ਕਿੰਜ ਹੁੰਦਾ ਬੰਦਾ ਤੂੰ ਦੱਸਦਾ ਨਹੀਂ ਹੈ ਉਹ ਤੁਸੀਂ ਨਹੀਂ ਹੋ ਸਕਦੇ ਨਾ ਅਸੀਂ ਤੁਸੀਂ ਕਬੂਲ ਨਹੀਂ ਕਰਦੇ ਕਾਰ ਦਰਖਾਸਤ ਨਾ ਦਾਖਲ ਹੋਵੇ ਬੰਦਾ ਜਾਂ ਨਾ ਹੋਵੇ ਤਰੀਕਾ ਕਾਰ ਦੱਸਣਾ ਤੂੰ ਅਸੀਂ ਲੈਣਾ ਹੀ ਨਹੀਂ ਤੁਹਾਨੂੰ ਅਸੀਂ ਲੈਣਾ ਕਾਰ ਦੱਸਣਾ ਤਰੀਕਾ ਕਾਰ ਕਿਉਂ ਨਹੀਂ ਦੱਸਦੇ ਤਰੀਕਾ ਕਾਰ ਪਰਦਾ ਇਹ ਜੇ ਕਿਹੜੇ ਕਰਤੂਤ ਕੀਤੇ ਨੇ ਜਿਨ੍ਹਾਂ ਤੇ ਪਰਦਾ ਪਾਣੇ ਦੱਸ ਨਹੀਂ ਸਕਣਾ ਤੇ ਕਿਹੜੇ ਆ ਜੇ ਗੰਦੇ ਕਰਤੂਤ ਨੇ ਮੈਨੂੰ ਦੱਸ ਫਿਰ ਦਾਖਲ ਕਿੰਜ ਹੋਣਾ ਜੇ ਕੁਰਾਨ ਮੇਰੇ ਤਾਂ ਕੀਤਾ ਉਮਰ ਦਾ ਸੀ ਤੁਸੀਂ ਹਜ਼ਰਤ ਈਸਾ ਅਲੈਹਿ ਸਲਾਮ ਦੀ ਵਫਾਤ ਤੇ ਕਾਇਲ ਹੋ ਜਾਓ ਤੇ ਇਜਰਾਏ ਨਬੂਤ ਤੇ ਕਾਇਲ ਹੋ ਜਾਓ ਤੁਸੀਂ ਜਮਾਤ ਅਹਿਮਦੀਆ ਦੇ ਦਾਖਲ ਅੱਛਾ ਦੋ ਚੀਜ਼ਾਂ ਦੇ ਹਾਂ ਦੋ ਸਾਹਿਬ ਕਹਿੰਦੇ ਨੇ ਕਿ ਮੇਰੇ ਦੁਸ਼ਮਣ ਨਬੂਤ ਦਾ ਉਹ ਲੋਕ ਜ਼ਾਲਮ ਨੇ ਤੇ ਮੇਰੇ ਦੁਸ਼ਮਣ ਜਿਹੜੇ ਨਬੂਤ ਦਾ ਦਰਵਾਜ਼ਾ ਮੁਕੰਮਲ ਬੰਦ ਨਹੀਂ ਮੰਨਦੇ ਤੂੰ ਕਹਿੰਦਾ ਇਜਰਾਏ ਨਬੂਤ ਦਾ ਕਾਇਲ ਹੋ ਜਾਓ ਮਿਰਜ਼ਾ ਸਾਹਿਬ ਕਹਿੰਦੇ ਨੇ ਉਹਨਾਂ ਲੋਕਾਂ ਨੇ ਮੇਰੀ ਦੁਸ਼ਮਣੀ ਜੇ ਨਬੂਤ ਦਾ ਦਰਵਾਜ਼ਾ ਮੁਕੰਮਲ ਬੰਦ ਨਹੀਂ ਮੰਨਦੇ ਹੁਣ ਦੱਸ ਕੰਡੀ ਮਨਾ ਜਾਂ ਮਿਰਜ਼ਾ ਕਾ ਦੇਣੀ ਦੀ ਮਨਾ ਤੁਸੀਂ ਨਹੀਂ ਚਵਲਾਂ ਤੋਂ ਬਾਜ਼ ਆਣਾ ਬਈ ਤੁਸੀਂ ਖੁਦ ਆ ਕੋਈ ਤਾਲੀਮ ਹੀ ਨਹੀਂ ਪੇਸ਼ ਕਰਦੇ ਹੋ ਇਹ ਮਿਰਜ਼ਾ ਕਦੇ ਨਹੀਂ ਤਾਲੀਮ ਇਜ਼ਰਾਇਲ ਨਬੂਤ ਉਹ ਤੇ ਕਹਿੰਦਾ ਉਹ ਬੰਦੇ ਮੇਰੇ ਦੁਸ਼ਮਣ ਨੇ ਤੇ ਜ਼ਾਲਮ ਨੇ ਜਿਹੜੇ ਨਬੂਤ ਦਾ ਦਰਵਾਜ਼ਾ ਮੁਕੰਮਲ ਬੰਦ ਨਹੀਂ ਮੰਨਦੇ ਹੁਣ ਤੂੰ ਨਬੂਤ ਦਾ ਦਰਵਾਜ਼ਾ ਮੁਕੰਮਲ ਬੰਦ ਮੰਨਦਾ ਜਾਂ ਇਜ਼ਰਾਇਲ ਨਬੂਤ ਮੰਨਦਾ ਮੈਨੂੰ ਦੱਸ ਦੇ ਯਾਰ ਚਲੋ ਦੱਸ ਦਾਂਗੇ 100 ਵਾਰੀ ਅਸੀਂ ਦੱਸ ਦੇਣੇ ਹਾਂ ਮੈਨੂੰ ਦੱਸ ਦੇਣਾ ਵੀ ਤੂੰ ਇਜ਼ਰਾਇਲ ਨਬੂਤ ਮੰਨਦਾ ਜਾਂ ਨਬੂਤ ਦਾ ਦਰਵਾਜ਼ਾ ਮੁਕੰਮਲ ਬੰਦ ਮੰਨਦਾ ਕੋਈ ਵਿੱਚ ਖਾਲੀ ਰੱਖਦਾ ਤਾਂ ਉਹ ਤਾਂ ਬੰਦਾ ਜ਼ਾਲਮ ਹੈ ਮਿਰਜ਼ਾ ਕਦੇ ਨਹੀਂ ਦੇ ਬਕੌਲ
ਜ਼ਾਲਮ ਵੀ ਹੈ ਤਾਂ ਉਹਦੇ ਨਾਲ ਦੁਸ਼ਮਣੀ ਨਹੀਂ ਉਹਦੀ। ਮਮਦੀ ਬੇਗਮ ਦੇ ਬਾਰੇ ਨੰਗਾ ਖਵਾਬ ਲਿਖੇ ਫਿਰ ਦਾਖਲ ਹੁੰਦਾ। ਤੁਸੀਂ ਹੁਣ ਯਾਰ ਪੁੱਠੇ ਪਾਸੇ ਨਿਕਲ ਪਏ। ਨਾ ਚੰਦੇ ਦਾ ਫਰਾਡ ਕਰੇ ਤਾਂ ਦਾਖਲ ਹੁੰਦਾ। ਉਹ ਮੈਂ ਅੱਗੇ ਅਮਰ ਬਾਈ ਨੇ ਮਸ਼ਵਰਾ ਦਿੱਤਾ ਸੀ ਮਿਰਜ਼ਾ ਕਾਦਿਆਨੀ ਬ੍ਰਹਿਨ ਅਹਿਮਦੀਆ ਲਿਖੀ ਹੈ ਅਤੇ ਉਸਲੇ 10,000 ਰੁਪਇਆ ਇਕੱਠਾ ਕਰ ਦਿੱਤੀ। ਤੁਸੀਂ ਵੀ ਕੋਸ਼ਿਸ਼ ਕਰੋ ਬ੍ਰਹਿਨ ਅਹਿਮਦੀਆ ਲਿਖ ਕੇ ਕੰਮ ਚਲਾ ਲਓ। ਅਗਰ ਉਹ ਯਾਰ ਮੈਂ ਜਿਹੜਾ ਸਵਾਲ ਕਰਨਾ ਸੀ ਉਹ ਤੁਸੀਂ ਕਰਨ ਦੇਣਾ ਵਾ ਕਿ ਨਹੀਂ? ਸਾਰਾ ਦਿਨ ਪਹਿਲੇ ਤੇ ਸਵਾਲ ਸਾਡਾ ਤੇ ਕਲੀਅਰ ਕਰ ਰਹਾ ਕਿ ਅਹਿਮਦੀਆ ਦੇ ਦਾਖਲ ਕਿੰਜ ਹੁੰਦਾ ਹੈ। ਉਹਦਾ ਜਵਾਬ ਮੈਨੂੰ ਆਉਂਦਾ ਹੀ ਨਹੀਂ। ਮੇਰੇ ਕੱਦ ਤੋਂ ਵੱਡਾ ਸਵਾਲ ਹੈ ਇਸ ਲਈ ਜਿਹੜਾ ਸਵਾਲ ਮੈਂ ਕਰਨਾ ਉਹ ਤੁਹਾਨੂੰ ਉਹਦਾ ਜਵਾਬ ਆਣਾ ਹੀ ਆਣਾ ਹੈ। ਉਹਦੇ ਬਾਰੇ ਚ ਰਾਏ ਦੇ। ਤੂੰ ਸਾਨੂੰ ਤਬਲੀਗ ਕਰ ਰਿਹਾ ਕਿ ਅਹਿਮਦੀਆ ਦੇ ਦਾਖਲ ਹੋ ਜਾ ਤੇ ਤੇਰੇ ਕੋਲ ਪੁੱਛਿਆ ਦਾਖਲ ਕਿੰਜ ਹੋਣਾ ਕਹਿੰਦਾ ਮੈਨੂੰ ਜਵਾਬ ਨਹੀਂ ਆਉਂਦਾ। ਸੀਨਾ ਚੌੜਾ ਕਰਕੇ ਆਖਦੇ ਤੇ ਹੈ ਉਹ ਕਸੀ ਐਮਦੀਆ ਪੁੱਛੋ ਐਮਦੀਆ ਦੇ ਦਾਖਲ ਕਿੰਜ ਹੋਣਾ ਉੱਤੇ ਪਰਦਾ ਪਾ ਦੇ ਪਤਾ ਨਹੀਂ ਕਿਹੜੇ ਗੰਦੇ ਕਰਤੂਤ ਪਏ ਨੇ ਜਿਸ ਤਰ੍ਹਾਂ ਗੰਦਗੀ ਦੇ ਢੇਰ ਤੇ ਚਾਦਰ ਪਾਣੀ ਉਸ ਤਰ੍ਹਾਂ ਪਰਦਾ ਪਾਣੇ ਲੱਗੇ ਹੋ। ਜਵਾਬ ਦੇ। ਮਿਰਜ਼ਾ ਕਾਦਿਆਨੀ ਨੇ ਮੁਹੰਮਦੀ ਬੇਗਮ ਦੇ ਬਾਰੇ ਨੰਗੇ ਖਵਾਬ ਲਿਖੇ ਸੀ। ਮੈਂ ਕਿਸੇ ਮਿਰਜ਼ਾ ਮਸਰੂਰ ਦੀ ਜਾਂ ਕਿਸੇ ਹੋਰ ਦੀ ਬੇਟੀ ਦੇ ਬਾਰੇ ਨੰਗੇ ਖਵਾਬ ਲਿਖਾਖਲ ਆਪਣਾ ਪਰਚਾ ਲੈ ਕੇ ਆ ਗਏ ਉੱਥੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਨੂੰ ਦਾਖਲ ਹੋਣਾ ਤਾਂ ਦੱਸ। ਉਹ ਨਹੀਂ ਅਸੀਂ ਦਾਖਲ ਕਰਨਾ ਹੀ ਨਹੀਂ ਨਾ। ਜਿਹੜਾ ਰਸਤਾ ਮੈਂ ਤੇਰੀ ਕਾਰ ਪੁੱਛਿਆ ਤੂੰ ਦਾਖਲ ਕਰਨ ਦਾ ਮੁਜਾਜ਼ ਹੀ ਨਹੀਂ ਹੈ ਨਾ। ਮੈਂ ਤੇਰੀ ਕਾਰ ਪੁੱਛ ਰਿਹਾ। ਉਹ ਭਾਈ ਜਿਹੜਾ ਰਸਤਾ ਸੀ ਤੁਹਾਡੇ ਵਾਸਤੇ ਰਾਹ ਦਾ ਉਹਦਾ ਰਸਤਾ ਪੁੱਛਣਾ ਹੀ ਕਿਉਂ? ਅਸੀਂ ਦਰਵਾਜ਼ਾ ਹੀ ਬੰਦ ਕਰ ਛੱਡਿਆ ਤੁਹਾਡੇ ਵਾਸਤੇ ਤੋ ਰਾਹ ਦਾ ਰਸਤਾ ਵੀ ਦੱਸੋ। ਐਡੇ ਐਸੇ ਬੰਦੇ ਨਾ ਸੱਚੇ ਇਸਲਾਮ ਦਾਖਲ ਹੋ ਹੋਣ ਦੀ ਤਬੀਅਤ ਨਹੀਂ। ਦਰਵਾਜ਼ਾ ਬੰਦ ਕਰ ਦਿੱਤਾ ਜੇ ਕੁੰਡੀ ਲਾ ਲਈ ਜੇ ਅੰਦਰੋਂ। ਹਾਂ ਅਸੀਂ ਸਿਰਫ ਪਾਕ ਰੂਹਾਂ ਨੂੰ ਤਲਾਸ਼ ਕਰਦੇ ਨੇ, ਪਾਕ ਰੂਹਾਂ ਨੂੰ ਇਸਲਾਮ 'ਚ ਲਿਖਿਆ। ਅੱਛਾ ਯਾਰ ਮੇਰੀ ਗੱਲ ਦਾ ਜਵਾਬ ਦੇਣਾ ਤੁਸੀਂ ਕਿ ਨਹੀਂ? ਕੀ ਸਵਾਲ ਤੇਰਾ ਹੁਣ ਦੱਸ। ਅੱਛਾ ਮਿਰਜ਼ਾ ਲੁਕਮਾਨ ਪਾਕ ਰੂਹਾ ਹੈ? ਸਵਾਲ ਮਲਕ ਇਮਰਾਨ ਕੋਲ ਕਰਨਾ ਹੀ। ਉਹ ਨਹੀਂ ਮਲਕ ਇਮਰਾਨ ਦੇ ਕੋਲ ਕਰਨਾ ਕੋ ਨਹੀਂ। ਇਹ ਮੁਖਾਲਫਤ ਦਾ ਹੱਕ ਖੋ ਛੁੜਿਆ। ਇਹ ਮੁਖਾਲਫਤ ਦਾ ਹੱਕ ਖੋ ਛੁੜਿਆ ਖੋ ਚੁੱਕੀ ਹੈ। ਅੱਛਾ ਇਹ ਸਵਾਲ ਇਹ ਸੀ ਮੇਰਾ। ਨਹੀਂ ਨਹੀਂ ਗੱਲ ਇਹ ਨਾ, ਗੱਲ ਹੁਣ ਮੇਰੀ ਸੁਣ ਨਾ ਆਦਰ। ਉਹ ਜਿੱਥੇ ਜਵਾਬ ਨਾ ਦੇ ਸਕੋ ਉੱਥੇ ਸਵਾਲ ਨਹੀਂ ਕਰੀਦਾ। ਇਹ ਗੱਲ ਮੇਰੀ ਯਾਦ ਰੱਖ। ਕਿੱਥੇ ਨੇ ਜ਼ਿਆ ਸਾਹਿਬ ਯਾਰ? ਹੱਥ ਪੈਰ ਖੋਲੋ ਯਾਰ ਮੇਰੇ ਯਾਰ, ਮੈਂ ਜਾਵਾਂ ਇੱਥੇ ਯਾਰ। ਹਾਂਜੀ ਦੱਸੋ ਜੀ ਕੀ ਸਵਾਲ? ਸੁਹੇਲ ਸਾਹਿਬ ਭਾਈ ਇਹ ਮਿਰਜ਼ਾ ਲੁਕਮਾਨ ਪਾਕਰੂ ਸੀ? ਜ਼ਿਆ ਭੈਣ ਮੈਨੂੰ ਦੱਸੋ, ਅੱਜ ਕੱਲ੍ਹ ਜਿਹੜਾ ਇਸ਼ੂ ਚੱਲਾ ਹੈ, ਇੱਕ ਜਿਹੜਾ ਸਾਡਾ ਅਹਿਮਦੀ ਮੁਸਲਮਾਨ ਵਕੀਲ ਆ ਉਹਨੇ ਇਸਰਾਈਲੀ ਵਜ਼ੀਰ ਆਜ਼ਮ ਦੇ ਖਿਲਾਫ ਵਾਰੰਟ ਜਾਰੀ ਕੀਤੇ ਨੇ ਉਹਦੇ ਬਾਰੇ ਅੱਛਾ ਕੰਮ ਕੀਤਾ ਸਰ, ਅਪਰੀਸ਼ੀਏਟ ਕਰੇ ਨੇ, ਅੱਛਾ ਕੰਮ ਕੀਤਾ ਸਰ। ਫਿਰ ਤਾਂ ਉਹਦੇ ਬਾਰੇ ਚ ਤੁਸੀਂ ਕੋਈ ਨਹੀਂ ਮਤਲਬ ਥੋੜਾ ਜਿਹਾ ਗੈਰਤ ਦਿਲਾਉਂਦੇ ਮੁਸਲਮਾਨਾਂ ਨੂੰ ਕਿ ਯਾਰ ਕੀ ਕਰ ਰਹੇ ਹੋ? ਕਿਉਂ ਝੂਠ ਲੱਗੇ, ਕਿਉਂ ਝੂਠ ਲੱਗੇ ਉਹ ਮਾਰਨ? ਉਹਨੇ ਕਿਹੜਾ ਵਾਰੰਟ ਗ੍ਰਿਫਤਾਰੀ ਜਾਰੀ ਕੀਤਾ? ਵਾਰੰਟ ਵਕੀਲ ਜਾਰੀ ਕਰਦੇ ਆ? ਉਹ ਕਿਸ ਹਸੀਅਤ ਨਾਲ ਕੀਤਾ? ਇਹਨੂੰ ਪੁੱਛੋ ਵੀ ਯਾਰ ਕਿਹਨਾਂ ਨੂੰ ਬੇਵਕੂ ਬਣਾਇਆ? ਵਕੀਲਾਂ ਨੇ ਵੀ ਕਦੀ ਵਾਰੰਟ ਜਾਰੀ ਕੀਤੇ? ਉਹਨੇ ਅੰਦਾਜ਼ਾ ਕਰ ਲਿਆ, ਉਹਨੇ ਕਰਾਰਦਾਦ ਪੇਸ਼ ਕਰਕੇ ਹੱਦ ਹੋ ਗਈ ਯਾਰ। ਉਹ ਕਿਹੜਾ ਵਕੀਲ ਆ ਜਿਹੜਾ ਵਾਰੰਟ ਜਾਰੀ ਕਰਦਾ ਵੇ? ਉਹ ਯਾਰ ਫੁੱਦੂ ਬਣਾਇਆ ਇਹਨਾਂ ਨੇ ਸਾਰਿਆਂ ਨੂੰ। ਇਹ ਸਮਝਦੇ ਸਾਡੇ ਵਰਗੇ ਸਾਰੇ ਦਿਨ ਮਰੀਜ਼ ਹੀ ਅੱਗੇ ਬੈਠੇ ਹੋਏ, ਸਾਡੇ ਇੱਕ ਵਕੀਲ ਨੇ ਵਾਰੰਟ ਜਾਰੀ ਕਰਦਾ ਵਾਰੰਟ ਜਾਰੀ ਕਰਦੀ ਅਦਾਲਤ।
ਵਕੀਲ ਕਿਥੋਂ ਕਰਦਾ ਉਹ ਭਾਈ? ਮੈਂ ਕਦੋਂ ਕਹਿ ਰਿਹਾ ਹਾਂ ਉਹਨੇ ਵਕੀਲ ਨਹੀਂ ਵਾਰੰਟ ਜਾਰੀ ਕਰਵਾ ਸਕਦਾ ਇੰਟਰਨੈਸ਼ਨਲ ਲਾਅ ਆਫ ਕੋਰਟ ਆਫ ਜਸਟਿਸ ਵੀ ਅਦਾਲਤ ਜਾਰੀ ਕਰਦੀ ਸਰਕਾਰ ਕਿਹੜੀ ਅਦਾਲਤ ਨੇ ਜਾਰੀ ਕੀਤਾ ਹੈ ਉਹ ਭਾਈ? ਜਿਹੜੀ ਇੰਟਰਨੈਸ਼ਨਲ ਕੋਰਟ ਆਫ ਲਾਅ ਆਫ ਜਸਟਿਸ ਜੋ ਹੈ ਉਹਦੇ ਵਿੱਚ ਸਾਡਾ ਹਿੰਦੀ ਮੁਸਲਮਾਨ ਇੱਕ ਵਕੀਲ ਹੈ ਉਹਨੇ ਵਕੀਲ ਵਾਰੰਟ ਜਾਰੀ ਕਰਾਇਆ ਨੇ ਵਾਰੰਟ ਕਿਹੜੀ ਅਦਾਲਤ ਜਾਰੀ ਉਹ ਭਾਈ ਉਹਦੇ ਵਿੱਚ ਹਿੰਦੂ ਵੀ ਵਕੀਲ ਹੈਗੇ ਆ ਉਹਦੇ ਵਿੱਚ ਸਾਈ ਵੀ ਵਕੀਲ ਹੈਗੇ ਆ ਤੁਹਾਡਾ ਵਕੀਲ ਉੱਥੇ ਤੇ ਉਹਦਾ ਕੀ ਮਤਲਬ ਹੈ ਬਹੁਤ ਦੂਰ ਹੈ ਆਵਾਜ਼ ਥੋੜੀ ਵੀ ਆ ਰਹੀ ਹੈ ਅੱਛਾ ਹੁਣ ਠੀਕ ਹੈ ਹਾਂ ਹੁਣ ਠੀਕ ਹੈ ਹੁਣ ਠੀਕ ਅਸਣੀ ਵੀ ਉਹ ਮੈਂ ਸੁਣ ਰਾਏ ਸਾਹਿਬ ਨਵੀਂ ਖਬਰ ਚੱਲੀ ਹੈ ਜਮਾਤ ਮਿਰਜ਼ਾਈਆਂ ਦੇ ਵਕੀਲਾਂ ਨੇ ਜਿਹੜਾ ਇਸ ਦੇ ਵਾਰੰਟ ਜਾਰੀ ਕਰ ਦਿੰਦੇ ਸਈਦ ਸਦਰ ਦੀ ਗ੍ਰਿਫਤਾਰੀ ਦੇ ਨਹੀਂ ਗੱਲ ਇਹ ਵੇ ਕਿ ਸਲੀਮ ਮੀਰ ਨਾ ਅਸੈਂਬਲੀ ਦੀ ਕਾਰਵਾਈ ਪੜ ਰਿਹਾ ਤੂੰ ਸਾਰਿਆਂ ਮਿਰਜ਼ਾਈਆਂ ਦੇ ਦਿਮਾਗ ਖਰਾਬ ਕਰ ਸਕਦੇ ਇਹ ਪਹਿਲਾਂ ਹੀ ਫਾਰਗ ਸਨ ਉਹ ਸਿਰਿਆਂ ਨੇ ਕਸਰ ਕੱਢ ਦਿੱਤੀ ਉਹ ਜਾ ਕੇ ਕੱਲੀ ਅੱਗੇ ਹੀ ਨਹੀਂ ਮਾਣੀ ਤੂੰ ਬੁੰਦੇ ਪੈ ਗਏ ਨਹੀਂ ਮੈਂ ਤੁਹਾਨੂੰ ਦੱਸਣਾ ਨਾ ਕਿਸ ਤਰ੍ਹਾਂ ਪਲੀਜ਼ ਗੱਲ ਬੜੀ ਸੁਣਨਾ ਨਾਲ ਹਾਂਜੀ ਜਿਹੜਾ ਥੋੜਾ ਬਹੁਤਾ ਕਾਨੂੰਨ ਦਾ ਲੋਕੀ ਫਹਿਮ ਰੱਖਦੇ ਨਾ ਚੰਗਾ ਚੰਗਾ ਮੈਂ ਮੀਰ ਸਲੀਮ ਦੀ ਬਰੋਡ ਤੇ ਚਲਾ ਗਿਆ ਮੈਨੂੰ ਕਹਿੰਦਾ ਜੀ ਕਿ ਜਿਹੜਾ ਮੁਕੱਦਮਾ ਪੇਸ਼ ਕਰਨ ਵਾਲਾ ਬੰਦਾ ਹੁੰਦਾ ਉਹ ਜੱਜ ਬਣ ਸਕਦਾ ਪਹਿਲਾਂ ਮੈਂ ਉਸਨੂੰ ਕਿਹਾ ਯਾਰ ਇਸ ਤੇ ਇਹ ਗੱਲ ਹੀ ਨਹੀਂ ਹੈ ਤੂੰ ਰਹਿਣ ਦੇ ਇਸ ਨੂੰ ਛੋੜ ਅੱਗੇ ਟੋਰ ਚੱਲ ਅਸੈਂਬਲੀ ਦੀ ਕਾਰਵਾਈ ਤੇ ਗੱਲ ਕਰ ਖੈਰ ਜੀ ਰਾਰ ਪਾਰ ਮਾਰ ਕੇ ਉਸ ਗੱਲ ਕੋ ਨਾ ਸੁਣੀ ਮੈਂ ਕਿਹਾ ਯਾਰ ਹੋ ਸਕਦਾ ਚੱਲ ਅੱਗੇ ਟੋਰ ਛੋੜ ਨਹੀਂ ਜੀ ਨਹੀਂ ਤੁਸੀਂ ਹੁਣ ਇਸ ਤਰ੍ਹਾਂ ਕਰੋ ਰੈਫਰੈਂਸ ਲੈ ਕੇ ਆਓ ਫਲਾਂ ਕਰੋ ਟੀਕ ਕਰੋ ਦੇਖੋ ਇੰਨਾ ਮਰਜ਼ਈਆਂ ਵਿਚਾਰਿਆਂ ਨੂੰ ਇਤਨਾ ਅਕਲ ਜਾਂ ਇਤਨਾ ਸ਼ਹੂਰ ਇਤਨੀ ਸਮਝ ਨਹੀਂ ਹੈ ਕਿ ਉੱਥੇ ਕਲੇਮੈਂਟ ਹੈ ਹੀ ਨਹੀਂ ਸੀ ਕਿਉਂ ਇੱਕ ਮੋਸ਼ਨ ਪ੍ਰਪੋਜ਼ ਹੋਇਆ ਉਸਨੇ ਤਾਂ ਬਹਿਸ ਹੋਣੀ ਸੀ ਇਹਨਾਂ ਬਣਾ ਕੇ ਦਾਜੀ ਮੌਲਾਨਾ ਸ਼ਾਹ ਨੂਰਾਨੀ ਮਦੂਦੀ ਮੌਲਾਨਾ ਮੁਫਤੀ ਮਹਿਮੂਦ ਸਾਹਿਬ ਸਾਰੇ ਜਿਤਨੇ ਸਨ ਇਹ ਸਾਰੇ ਜੱਜ ਸਨ ਜੱਜ ਬਣ ਗਏ ਸੀ ਹਾਲਾਂ ਕੋਈ ਇਸ ਤਰ੍ਹਾਂ ਦੀ ਗੱਲ ਹੈ ਹੀ ਨਹੀਂ ਸਮਝ ਦੀ ਕਮੀ ਦੀ ਜ਼ਰੂਰ ਗੱਲ ਹੈ ਹੋਰ ਕੁਛ ਨਹੀਂ ਆ ਕੀ ਗੱਲ ਜੀ ਕਿ ਹੁਣ ਕਿ ਮਿਰਜ਼ਈ ਹੈ ਜੀ ਜਿਸਨੇ ਕੱਢ ਦਿੱਤੇ ਇੰਟਰਨੈਸ਼ਨਲ ਕੋਰਟ ਵਿੱਚੋਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚੋਂ ਬੰਜਮਿਨ ਨੇਤਾਨਯਾਹੂ ਜਿਹੜਾ ਕਿ ਇਸਰਾਈਲ ਦਾ ਵਜ਼ੀਰ ਆਜ਼ਮ ਦੇਖੋ ਜਿਹੜਾ ਨਾ ਆਈ ਸੀ ਸੀ ਇਹ ਇੱਕ ਇੰਟਰਨੈਸ਼ਨਲ ਅਦਾਰਾ ਹੈ ਇਸਨੇ ਕੋਈ ਸਿੰਗਲ ਪਰਸਨ ਦਾ ਕੋਈ ਫੈਸਲਾ ਨਹੀਂ ਹੁੰਦਾ ਹੁੰਦਾ ਇਹ ਹੈ ਕਿ ਜਿਸ ਵੀ ਮੁਲਕ 'ਚ ਕ੍ਰਾਈਮ ਹੋਵੇ ਕ੍ਰਾਈਮ ਅਗੇਂਸਟ ਹਿਊਮੈਨਿਟੀ ਇਨਸਾਨੀਅਤ ਦੇ ਖਿਲਾਫ ਜੁਰਮ ਉੱਥੇ ਐਵੀਡੈਂਸ ਕਲੈਕਟ ਹੁੰਦਾ ਉੱਥੇ ਐਵੀਡੈਂਸ ਜਿਹੜਾ ਉਹ ਪੈਨਲ ਦੇ ਸਾਹਮਣੇ ਰੱਖਿਆ ਜਾਣਾ ਪੈਨਲ ਅਗਰ ਇਹ ਸਮਝਦਾ ਕਿ ਇਹ ਐਵੀਡੈਂਸ ਜਿਹੜਾ ਇਕੱਠਾ ਹੋਇਆ ਇਹ ਕਾਫੀ ਹੈ ਕਿ ਬੰਦੇ ਦੇ ਅਰੈਸਟ ਵਾਰੰਟ ਜਾਰੀ ਕੀਤੇ ਜਾਣ ਤਾਂ ਉਹ ਜਿਹੜਾ ਬੰਦਾ ਪ੍ਰੋਸੀਕਿਊਟਰ ਹੋਣਾ ਕੋਈ ਉੱਚਾ ਤੁਸੀਂ ਹੋਵੋ ਮੈਂ ਹੋਵਾਂ ਜਾਂ ਕਰੀਮ ਖਾਨ ਹੈ ਉਹ ਮਤਲਬ ਹੈ ਕਿ ਅਨਾਊਂਸ ਕਰ ਦੇਣਾ ਜੀ ਕਿ ਠੀਕ ਹੈ ਇਹ ਅਸੀਂ ਕਰ ਰਹੇ ਇਸੇ ਮਰਜ਼ਾਈਅਤ ਅਸਾਈਅਤ ਜਾਂ ਮੁਸਲਿਮ ਹੋਣੇ ਦੀ ਕੋਈ ਗੱਲ ਹੈ ਹੀ ਨਹੀਂ ਹੁਣ ਮਰਜ਼ਈਆਂ ਵਿਚਾਰਿਆਂ ਨੂੰ ਕੋਈ ਨਾ ਕੋਈ ਡੁਬਕੇ ਕੋ ਤਿਨਕੇ ਕਾ ਸਹਾਰਾ
ਗੱਲ ਚਾਹੀਦੀ ਹੁੰਦੀ ਹੈ, ਮਰਜ਼ਾਈ 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 ਅਸੀਂ ਕਰ ਸਕਦੇ। ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈ, ਕੁਛ ਨਹੀਂ ਨਾ ਵਿਚਾਰਿਆਂ ਦੇ ਪੱਲੇ। ਰੂਹਾਨੀ ਖਜ਼ਾਨੇ ਤੁਸੀਂ ਖੰਗਾਲਦੇ ਹੋ, ਕਾਨੂੰਨ ਮੈਂ ਖੰਗਾਲ ਖੰਗਾਲ ਕੇ ਰੱਜ ਰਿਹਾ, ਇਹਨਾਂ ਨੂੰ ਸਮਝ ਨਹੀਂ ਆਈ ਗੱਲ ਦੇ, ਹੁਣ ਕੀ ਕਰਾਂ ਦੱਸੋ। ਰਾਏ ਸਾਹਿਬ, ਇਹ ਰਾਜਾ ਸਾਹਿਬ ਜੀ ਜੀ ਸਰ, ਇਹਨਾਂ ਮਿਰਜ਼ਾਈਆਂ ਨੂੰ ਖੁਦ 140 ਸਾਲ ਹੋ ਗਏ, ਮਿਰਜ਼ਾ ਕਾਦਿਆਨੀ ਦੀ ਸਮਝ ਨਹੀਂ ਆਈ ਤੇ ਬਾਕੀ ਗੱਲਾਂ ਦੀ ਕੀ ਆਸੀ ਨੇ? ਇਹਨੇ ਇੱਕ ਗੱਲ ਸਾਹਮਣੇ ਕਰਦੇ ਨੇ, ਮਿਰਜ਼ਾ ਕਾਦਿਆਨੀ ਦੀ ਅਸੀਂ ਦੂਜੀ ਨਾਲ ਦੇ ਸਾਹਮਣੇ ਰੱਖ ਦਿੰਦੇ ਹਾਂ। ਇਹਨੂੰ ਪਰੇਸ਼ਾਨ ਹੋ ਜਾਂਦੇ ਨੇ ਯਾਰ, ਅਸੀਂ ਹੁਣ ਕਿਹੜੀਆਂ ਡਿਫੈਂਡ ਕਰਾਂ, ਇੱਕ ਤਾਂ ਛੋੜਨੀ ਪੈਗੀ ਨਾ। ਦੋਵਾਂ ਗੱਲ ਸੁਣੋ ਨਾ, ਦੋਵਾਂ ਦੀ ਮਿਲਾ ਕੇ ਤਰੀ ਸ਼ਕਲ ਕੱਢਦੇ ਤਾਂ ਅੱਗੋਂ ਮਿਰਜ਼ਾ ਬਸ਼ੀਰ ਖਲਤੇ ਹੁੰਦਾ ਲਿੱਤਰ ਕਿਨ ਕੇ, ਵੀ ਤੁਸੀਂ ਸ਼ਕਲ ਕੱਢੀ ਕਿੱਥੋਂ ਹੈ, ਇਸ ਦਾ ਤਾਂ ਮਨ ਹੀ ਹੈ ਵੇ। ਇਹ ਗੱਲ ਅਸੈਂਬਲੀ ਦੀ ਕਾਰਵਾਈ ਦੀ, ਮੀਰ ਸਲੀਮ ਇੱਕ ਫਿਕਰਾ ਪੜ੍ਹਦਾ ਹੁੰਦਾ ਸਫ਼ਾ ਨੰਬਰ 79, ਅੱਗੇ ਚੱਲਦਾ ਜਾਣਾ, ਹੁਣ ਅਸੀਂ ਆ ਗਏ ਹਾਂ ਸਫ਼ਾ ਨੰਬਰ 180 'ਤੇ। ਉਹ 180 'ਤੇ ਪਹੁੰਚਿਆ ਕਿਸ ਤਰ੍ਹਾਂ ਹੈ, ਉਸ ਤੋਂ ਪਹਿਲਾਂ ਕੀ ਗੱਲ ਹੋਈ ਹੈ? ਔਰ ਇਹ ਉੱਥੇ ਜਾ ਕੇ ਨੀਚੇ ਜਾ ਕੇ ਤਾਂ ਬਸ ਹਾਂ 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 ਲਿਖਦੇ ਨੇ ਭਾਈ, ਇਤਨੀ ਅਖਲਾਕੀ ਜ਼ਰੂਰਤ ਨਹੀਂ ਹੈ ਕਿਸੇ ਬੰਦੇ ਨੂੰ ਲੈ ਲਵਾਂ, ਦੋ ਦੋ ਮਿੰਟ ਟਾਈਮ ਰੱਖ ਲਵਾਂ, ਉਸ ਨੂੰ ਮੌਕਾ ਦਿਆਂ। ਮੈਨੂੰ ਅੱਛਾ ਰਾਜ ਸਾਹਿਬ, ਇੱਕ ਮਲੂਮਾਤ ਮੈਨੂੰ ਚਾਹੀਦੀ ਹੈ। ਰਾਜ ਸਾਹਿਬ ਗੱਲ ਸੁਣੋ ਨਾ ਜੀ ਜੀ, ਇਹ ਜਿਸ ਤੁਸੀਂ ਕੇਸ ਦੀ ਗੱਲ ਕਰ ਰਹੇ ਹੋ, ਇੱਥੇ ਅਪੀਲ ਜਿਹੜੀ ਹੈ ਮੁਲਕੀ ਸਤਾ ਤੇ ਕੀਤੀ ਜਾਂਦੀ, ਇਨਫਰਾਦੀ ਸਤਾ ਤੇ ਪਾਕਿਸਤਾਨ ਕਰ ਸਕਦਾ, ਇੰਡੀਆ ਕਰ ਸਕਦਾ, ਰੂਸ ਕਰਦਾ ਹੈ। ਇਹ ਕਹਿੰਦੇ ਨੇ ਕਿ ਅਸਾਂ ਦੇ ਵਕੀਲ ਨੇ ਉੱਥੇ ਵਾਰੰਟ ਗ੍ਰਿਫਤਾਰੀ ਜਾਰੀ ਕਰਾਏ ਨੇ। ਵਕੀਲ ਨੇ ਕਿਹੜੇ ਕਰਾਏ ਨਾ? ਤੁਸੀਂ ਮੇਰਾ ਸਵਾਲ ਹੀ ਨਹੀਂ ਸਮਝਿਓ ਨਾ, ਵੀ ਜਿਹੜਾ ਬੰਦਾ ਹੁਣ ਵਾਰੰਟ ਗ੍ਰਿਫਤਾਰੀ ਦੀ ਅਪੀਲ ਦਾਇਰ ਕਰਦਾ, ਫਰਜ਼ ਕਰੋ ਮੈਂ ਕਰਦਾ ਤੇ ਮੈਂ ਆਪਣੀ ਇਨਫਰਾਦੀ ਹੈਸੀਅਤ ਚ ਕਰਾਂਗਾ ਜਾਂ ਬਤੌਰੇ ਪਾਕਿਸਤਾਨ ਦਾ ਨੁਮਾਇੰਦਾ ਬਣ ਕੇ ਕਰਾਂਗਾ? ਦੋ ਸ਼ਕਲਾਂ ਨੇ। ਨਹੀਂ ਦੇਖੋ, ਉਹ ਜਿਹੜਾ ਨਾ ਉਹ ਪਹਿਲੇ ਤਾਂ ਉਹਨਾਂ ਨੂੰ ਪੇਸ਼ ਹੋਣਾ ਪਿਆ ਸੀ ਉੱਥੇ। ਅਪੀਲ ਤਾਂ ਇਸ ਦੀ ਅਪੀਲ ਕਿਸ ਗੱਲ ਦੀ? ਅਪੀਲ ਹੈ ਹੀ ਕੋਈ ਵਿੱਚ? ਉਹਨਾਂ ਉਹਨਾਂ ਅਰੈਸਟ ਵਾਰੰਟ ਜਾਰੀ ਕੀਤੇ, ਇਹਨਾਂ ਨੂੰ ਉੱਥੇ ਜਾ ਕੇ ਪੇਸ਼ ਹੋ ਕੇ ਆਪਣਾ ਮੌਕਫ ਰੱਖਣਾ ਪਿਆ ਸੀ ਇਸਰਾਈਲੀ ਹਕੂਮਤ ਨੂੰ। ਨਹੀਂ, ਉਹ ਜਿਹੜੀ ਗੱਲ ਕਰ ਰਹੇ ਨੇ ਰਾਜਾ ਸਾਹਿਬ, ਉਹ ਰਿਪ੍ਰੈਜ਼ੈਂਟੇਟਿਵ ਕਿਹੜੇ ਮੁਲਕ ਦਾ? ਉਹ ਇੰਗਲੈਂਡ ਦਾ ਰਿਪ੍ਰੈਜ਼ੈਂਟੇਟਿਵ ਹੈ ਰਾਜਾ ਸਾਹਿਬ। ਉਹ ਇਹ ਪੁੱਛ ਰਿਹਾ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਤੁਸੀਂ ਇੰਡੀਵਿਜੂਅਲੀ ਜਾ ਕੇ ਕਿਸੇ ਮੁਲਕ ਦੇ ਸਦਰ ਦੇ ਖਿਲਾਫ ਜਾਂ ਕਿਸੇ ਹੋਰ ਬੰਦੇ ਦੇ ਖਿਲਾਫ ਕੋਈ ਕੇਸ ਕਰਵਾ ਸਕਦੇ ਹੋ, ਜਾਂ ਉਹ ਕੋਰਟ ਜਿਹੜਾ ਆਪਣੇ ਆਪ ਹੀ ਐਕਸ਼ਨ ਲੈਂਦਾ ਕਿਸੇ ਦੇ ਖਿਲਾਫ? ਉਹ ਆਪਣੇ ਆਪ ਐਕਸ਼ਨ ਲੈਂਦਾ, ਐਵੀਡੈਂਸ ਇੰਡੀਪੈਂਡੈਂਟਲੀ ਉਹ ਕਰਦੇ ਨੇ, ਇਕੱਠੇ ਕਰਦੇ ਨੇ। ਦੇਖੋ ਹੁਣ ਯਾਨੀ ਉਹਦੇ ਵਿੱਚ ਕੋਈ ਬੰਦਾ ਜਾ ਕੇ ਦਰਖਾਸਤ ਨਹੀਂ ਦੇ ਸਕਦਾ ਜਾਂ ਕੋਈ ਜਿਹੜਾ ਐਪਲੀਕੇਸ਼ਨ ਨਹੀਂ ਦੇ ਸਕਦਾ ਵੀ ਭਾਈ ਮੈਂ ਬੰਦੇ ਦੇ ਖਿਲਾਫ ਕਾਰਵਾਈ ਕਰਵਾ? ਅਗਰ ਤੁਸੀਂ ਕ੍ਰਿਮੀਨਲ ਕੋਰਟ 'ਚ ਨਹੀਂ ਦੇ ਸਕਦੇ,
ਅਗਰ ਤੁਸੀਂ ਐਜ਼ ਏ ਮੁਲਕ ਪੇਸ਼ ਹੋਣਾ ਚਾਹੁੰਦੇ ਹੋ ਤਾਂ ਉਹ ਹੋਵੇ ਆਈ ਸੀ ਜੇ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਉਹ ਇੱਕ ਅਲੱਗ ਅਦਾਰਾ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ। ਯਾਰ ਇੰਨਾ ਜ਼ਿਆਦਾ ਸਾਹਿਬ ਤੁਸੀਂ ਰਾਜਾ ਸਾਹਿਬ ਦੇ ਕੋਲੋਂ ਪੁੱਛ ਰਹੇ ਹੋ, ਉਹਦੀ ਸਾਰੀ ਡਿਟੇਲ ਤਫਸੀਲ ਕੱਢ ਲਵੋ ਬਾਹਰ ਅਖਬਾਰਾਂ 'ਚ। ਇਹਦੇ ਵਿੱਚ ਕਿਹੜਾ ਕੋਈ ਰੋਲ ਆਇਆ ਤਾਂ ਕਿ ਆਵਾਮ ਨੂੰ ਪਤਾ ਤੋਂ ਲੱਗ ਜਾਏ? 45 ਸਾਲ ਤੁਸੀਂ ਤਫਸੀਲ ਨਹੀਂ ਕੱਢੀ। ਮਿਰਜ਼ਾ ਤਾਹਿਰ ਨੇ ਤੁਹਾਨੂੰ ਝੂਠ ਬੋਲਿਆ ਕਿ ਅਸੈਂਬਲੀ ਦੀ ਕਾਰਵਾਈ ਇਹ ਨਹੀਂ ਪਬਲਿਸ਼ ਕਰ ਰਹੇ। ਜਿਸ ਵੇਲੇ ਮਿਰਜ਼ਾ ਨਾਸਰ ਨੇ ਅੰਦਰ ਅਸੈਂਬਲੀ ਦੇ ਕੇ ਮਿੰਤਾਂ ਕੀਤੀਆਂ ਕਿ ਪਬਲਿਸ਼ ਨਾ ਕਰੋ। ਨਹੀਂ ਨਹੀਂ, ਇਹ ਬਦਤਰ ਇਕੱਠੇ ਹੀ ਰਹਿਣੇ ਹੈ, ਇਹ ਜੋ ਮਰਜ਼ੀ ਹੋ ਜਾਏ। ਇਹਨਾਂ ਨੇ ਕੋਈ ਚੰਗੇ ਕੰਮ ਦੀ ਤਾਰੀਫ ਨਹੀਂ ਕਰਨੀ ਸਾਡੇ। ਉਹ ਕਿਹੜਾ ਕੀਤਾ ਤੇਰਾ ਚੰਗਾ ਰਾਜਾ? ਰਾਜਾ ਸਾਹਿਬ ਇਜਲਾਸ਼ ਦੀ ਗਾਂ, ਇਜਲਾਸ਼ ਦੀ ਗਾਂ, ਇਹਦੇ ਨਾਲ ਸਿਰ ਨਾ ਖਫਾਇਆ ਕਰੋ, ਆਪਣੀ ਗੱਲ ਕਰਿਆ ਕਰੋ। ਨਹੀਂ ਨਹੀਂ, ਮੈਂ ਤੁਹਾਨੂੰ ਦੱਸਣਾ, ਇਸ ਤੋਂ ਪਹਿਲਾਂ ਬੋਸਨੀਆ ਵਿੱਚ ਜਿਹੜੇ ਜੁਰਮ ਹੋਏ ਸਨ, ਉੱਥੇ ਜਿਸ ਬੰਦੇ ਨੇ ਇੱਕ ਔਰਤ ਸੀ, ਉਹ ਕਿਸੇ ਨਾਲ ਜਿਸ ਨੇ ਉਹ ਬੋਸਨੀਆ ਦੇ ਖਿਲਾਫ ਸਾਰੀ ਕਾਰਵਾਈ, ਜੇਲ੍ਹ ਵੀ ਹੋਈ ਸੀ। ਇਹ ਤਾਂ ਇੱਕ ਇਦਾਰਾ ਕਰਦਾ ਨਾ ਸਰ, ਇਦਾਰਾ ਹੁਣ ਪਾਕਿਸਤਾਨ ਦਾ ਫਰਨ ਆਫਿਸ ਹੈ ਮਿਸਾਲ ਦੇ ਤੌਰ ਤੇ। ਉਹ ਇੱਕ ਮੌਕਫ ਦਿੰਦਾ, ਜਿਹੜਾ ਬੰਦਾ ਮੌਕਫ ਪੜ੍ਹ ਰਿਹਾ ਹੁੰਦਾ ਤਰਜਮਾਨ, ਉਸਦੀ ਤਾਂ ਕੋਈ ਹੈਸੀਅਤ ਨਹੀਂ ਨਾ। ਤਰਜਮਾਨ ਤਾਂ ਇੱਕ ਮਤਲਬ ਹੈ ਕਿ ਇੱਕ ਜਿਹੜਾ ਇਦਾਰੇ ਦਾ ਮੌਕਫ ਉਹ ਤੁਹਾਡੇ ਮੀਡੀਆ ਦੇ ਸਾਹਮਣੇ ਰੱਖ ਰਿਹਾ ਹੋਣਾ, ਇਸ ਤੋਂ ਇਲਾਵਾ ਤਾਂ ਉਸਦੀ ਕੋਈ ਹੈਸੀਅਤ ਨਹੀਂ ਨਾ ਹੋਣੀ। ਅਗਰ ਇਦਾਰਾ ਕੁਛ ਹੋਰ, ਪਾਕਿਸਤਾਨ ਦੀ ਫੋਰਨ ਪਾਲਿਸੀ ਕੁਛ ਹੋਰ ਹੋਵੇ, ਉਹ ਕੁਛ ਹੋਰ ਤਾਂ ਨਹੀਂ ਨਾ ਕਹਿ ਸਕਦਾ ਬਾਹਰ ਆ ਕੇ। ਉਹ ਚਲੋ ਮੈਂ ਮੰਨ ਲੈਂਦਾ ਉਹਨਾਂ ਦੀ ਕੋਈ ਹੈਸੀਅਤ ਨਹੀਂ ਸੀ, ਉਹਨਾਂ ਨੇ ਚਲੋ 1% ਤੋਂ ਕਿਰਦਾਰ ਅਦਾ ਕੀਤਾ ਹੋਣਾ ਨਾ। 1% 2 ਅਰਬ ਮੁਸਲਮਾਨਾਂ ਦੇ ਵਿੱਚ ਇੱਕ ਅਹਿਮਦੀ ਮੁਸਲਮਾਨ ਮਰਦੇ ਮੁਜਾਹਿਦ ਕੀ ਤਰ੍ਹਾਂ ਖੜਾ ਹੋ ਗਿਆ ਫਲਸਤੀਨ ਕੀ ਆਵਾਜ਼ ਬਣ ਕੇ। ਓ ਖੁਦਾ ਦਾ ਵਾਸਤਾ ਹੈ, ਚਲੋ ਅਗਰ ਅਗਰ ਇਹ ਤੁਹਾਡੀ ਗੱਲ ਮੰਨ ਜਾ, ਫਿਰ ਹਮਾਸ ਤੇ ਕਿਉਂ ਕੀਤੇ ਸੋ? ਹਮਾਸ ਦੇ ਲੀਡਰ ਮੁਸਲਮਾਨ, ਉਹੀ ਤਾਂ ਮੈਂ ਕਹਿ ਰਿਹਾ ਤੁਸੀਂ ਆਪਸ ਇਹ ਆਪਣੇ ਕੋਲੋਂ ਗੱਲਾਂ ਹੀ। ਅਗਰ ਇਹ ਤੁਹਾਡੀ ਗੱਲ ਮੰਨ ਲਈ ਜਾਏ ਕਿ ਉਸ ਅਹਿਮਦੀ ਨੇ ਕੀਤੇ ਨਾ, ਤੇ ਫਿਰ ਹਮਾਸ ਦੇ ਲੀਡਰਾਂ ਦੇ ਖਿਲਾਫ ਕਿਉਂ ਕੀਤੇ? ਜਿਹੜੇ ਮੁਸਲਮਾਨ ਜਿਹਨਾਂ ਨਾਲ ਜੁਰਮ ਹੋ ਰਿਹਾ ਉਹਨਾਂ ਦੇ ਖਿਲਾਫ ਨਾਲ ਕਿਉਂ ਹੋਏ ਨਾ? ਮੁਸਲਮਾਨਾਂ ਦੇ ਖਿਲਾਫ ਵੀ ਦੱਸੋ ਨਾ, ਜਵਾਬ ਦਿਓ ਮੇਰੀ ਗੱਲ ਦਾ। ਵਰੰਟ ਦੋਵਾਂ ਦੇ ਬਾਰੇ ਜਾਰੀ ਹੋਏ ਨੇ, ਇੱਕ ਦੇ ਬਾਰੇ ਹੱਥ ਹੈ ਤੇ ਇੱਕ ਦੇ ਬਾਰੇ ਨਹੀਂ ਹੈ। ਆ ਇਹ ਕਿਹੜੀ ਗੱਲ ਹੋਈ ਯਾਰ? ਕਿਤੇ ਦੇਖੋ ਤਜ਼ਾਦ ਦੇਖਿਆ ਇਹਨਾਂ ਨੇ? ਇਹਨਾਂ ਨੇ ਜਿਸਾ ਮਿਰਜ਼ਾ ਸਾਹਿਬ ਦੀ ਕਿਤਾਬਾਂ 'ਚ ਤਜ਼ਾਦ, ਇਹਨਾਂ ਦੀ ਹਰ ਗੱਲ ਵਿੱਚ ਤਜ਼ਾਦ ਹੁੰਦਾ। ਅਗਰ ਇਹ ਮੰਨ ਲਿਤਾ ਜਾਏ ਕਿ ਉਹ ਉਸ ਕਰੀਮ ਖਾਨ ਨੇ ਕੀਤੇ ਨੇ, ਇਸ਼ੂ ਕੀਤੇ ਨੇ, ਫਿਰ ਹਮਾਸ ਲੀਡਰਾਂ ਦੇ ਖਿਲਾਫ ਵੀ ਉਹਨਾਂ ਦੇ ਖਿਲਾਫ ਵੀ ਇਸੇ ਨੇ ਕੀਤੇ ਨੇ? ਫਿਰ ਸਾ ਮਤਲਬ ਯਹੂਦੀਆਂ ਦਾ ਇਹ ਸਹੁਲਤਕਾਰ ਹੈ ਮੁਸਲਮਾਨਾਂ ਦੇ, ਜਿਹਨਾਂ ਨਾਲ ਜ਼ੁਲਮ ਹੋ ਰਿਹਾ ਉਹਨਾਂ ਦੇ ਕਰ ਰਿਹਾ ਵਰੰਟ ਇਸ਼ੂ? ਜੀ ਨਾਸਰ ਸਾਹਿਬ, ਸੋਹੇਲ ਸਾਹਿਬ ਬੋਲੋ, ਤੁਸੀਂ ਫਿਰ ਸਹੁਲਤਕਾਰ ਹੋ ਯਹੂਦੀਆਂ ਦੇ? ਤੁਹਾਨੂੰ ਕਿਹਾ ਵੀ ਸੀ ਮੰਨ ਜਾਓ ਕਿ ਇਹ ਇਦਾਰੇ ਦਾ ਕੰਮ ਹੈ, ਨਾ ਕਿ ਕਰੀਮ ਖਾਨ ਦਾ ਕੰਮ ਹੈ। ਇਹ ਜਿਹੜੇ ਆਰਗੂਮੈਂਟ ਸੀ ਮੈਂ ਪਹਿਲਾਂ ਸੇਵ ਕਰਕੇ ਰੱਖੀ ਸੀ, ਤੁਹਾਨੂੰ ਮੈਂ ਪੱਕਿਓ ਕਰ ਰਿਹਾ ਸਰ, ਤੁਸੀਂ ਕਰੀਮ ਖਾਨ ਨੂੰ ਪਹਿਲਾਂ ਚੰਗਾ ਉਸ ਮਜ਼ਬੂਤੀ ਨਾਲ ਨਾ ਪਕੜ ਲਵੋ। ਖਾਮੋਸ਼।
ਉਹ ਕੋਈ ਦਲੀਲ ਬਾਬੋ ਹੇ ਤੱਲਾਜ਼ੀ ਕਫਰ ਹੁਣ ਹੁਣ ਸਾਹਿਬ ਉਹ ਬੰਦ ਸਾਥ ਸਾਥ ਕੰਮ ਵੀ ਕਰ ਰਿਹਾ ਵਾਂ 100 ਯੂਰੋ ਦੀ ਦਿਹਾੜੀ ਹੈ ਤੇ ਸ਼ਾਮੀ 50 ਯੂਰੋ ਟੈਕਸੀ ਚ ਲਾਣਾ ਤੇ ਇਸਲਾਮ ਵੀ ਆ ਕੇ ਖਰਚਾ ਵੀ ਕਰਨਾ ਹੈ ਐ ਜ਼ਾਕ ਸਾਹਿਬ ਵੀ ਬਰਿਸਟਰ ਸਾਹਿਬ ਆ ਕੇ ਬਰਿਸਟਰ ਦਾ ਬਰਿਸਟਰ ਦਾ ਕਿਨਾ ਪੁੱਟ ਕੇ ਨਿਊ ਦਾ ਦੀ ਵਾਰੰਟ ਫਿਸ਼ਰ ਬਾਈ ਦੇ ਆਈਸੀਸੀ ਹੈਵ ਨਥਿੰਗ ਟੂ ਡੂ ਵਿਦ ਦਾ ਕੁਈਨ ਕੰਪਰਸਨਲੀ ਇਟਸ ਨੋ ਸਿਸਟਮ ਟੂ ਦੈਟਸ ਗਨ ਮੈਂ ਕਹਿ ਰਿਹਾ ਕਾਦਿਆਨੀ ਕ੍ਰੈਡਿਟ ਲੈ ਰਹੇ ਨੇ ਕਿ ਕਰੀਮ ਖਾਨ ਨੇ ICC ਵਿੱਚੋਂ ਬੰਜਮਨ ਨਤਾਨਯਾਹੂ ਦੇ ਵਾਰੰਟ ਗ੍ਰਿਫਤਾਰੀ ਇਸ਼ੂ ਕਰਵਾਏ ਨੇ ਮੈਂ ਕਹਿ ਰਿਹਾ ਐਜ਼ ਏ ਇੰਸਟੀਟਿਊਸ਼ਨ ਇਸ਼ੂ ਹੋਏ ਨੇ ਨਾ ਕਿ ਕਰੀਮ ਖਾਨ ਨੇ ਕੀਤੇ ਨੇ ਬਿਲਕੁਲ ਆਪਕੀ ਦਰੁਸਤ ਬਾਤ ਹੈ ਤੀ ਮੇਜਰ ਚਾਰ ਕੇਸਿਸ ਹੈ ਜਿਸਕੇ ਅੰਦਰ ਜੋ ICC ਹੈ ਕਿਸੀ ਕੇ ਉੱਪਰ ਆਪਣੇ ਯਾਨੀ ਕੇ ਉੱਪਰ ਪ੍ਰੋਸੀਕਿਊਸ਼ਨ ਕੀ ਜਾ ਸਕਦੀ ਹੈ ਪਹਿਲਾ ਇਹ ਹੈ ਜਬ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਕੀ ਤਰਫ ਸੇ ਇਸਕੋ ਕੋਈ ਕੇਸ ਰੈਫਰ ਕੀਆ ਜਾਏ ਜੈਸੇ ਹਮੇ ਸਰਬੀਆ ਬੋਸਨੀਆ ਔਰ ਉਸ ਜ਼ਮਾਨੇ ਮੇਂ ਹਮੇ ਦੇਖਾ ਗਿਆ ਕਿ UNSC ਕੇ ਥਰੂ ਕੀਆ ਗਿਆ ਦੂਸਰਾ UNHR ਕੇ ਥਰੂ ਉਸਕੇ ਅੰਦਰ ਕੇਸ ਲੈ ਕੇ ਆਇਆ ਜਾਂਦਾ ਤੀਸਰਾ ਇਹ ਹੈ ਕਿ ਇੱਕ ਮੈਂਬਰ ਸਟੇਟ ਜੋ ਹੈ ਜਿਸਨੇ ਜੁਰਿਸਡਿਕਸ਼ਨ ਐਕਸੈਪਟ ਕੀ ਹੋ ICC ਕੇ ਉਸਕੇ ਥਰੂ ਵੀ ਕੇਸ ਉਸਕੇ ਅੰਦਰ ਲੈ ਕੇ ਜਾਇਆ ਜਾ ਸਕਦਾ ਹੈ ਔਰ ਚੌਥਾ ਆਪਣੇ ਔਨ ਇਟਸ ਓਨ ਇਨੀਸ਼ੀਏਟਿਵ ਤੋ ਇੱਧਰ ਆਪਣੇ ਓਨ ਇਨੀਸ਼ੀਏਟਿਵ ਕੇ ਥਰੂ ਹੀ ਲੈ ਕੇ ਜਾਇਆ ਜਾ ਰਿਹਾ ਹੈ ਕੇਸ ਔਰ ਇਸਕੇ ਅੰਦਰ ਪੂਰੀ ਪ੍ਰੋਸੀਕਿਊਸ਼ਨ ਕੀ ਟੀਮ ਹੋਤੀ ਹੈ ਵੋ ਇਹ ਕੇਸ ਲੈ ਕੇ ਆਤੀ ਹੈ ਔਰ ਕੋਈ ਮੈਂਬਰ ਸਟੇਟ ਵੀ ਸਭ ਪਹਿਲੇ ਕੇਸ ਕਰੇ ICC ਕੇ ਅੰਦਰ ਤੋ ਪਹਿਲਾ ਪ੍ਰੋਸੈਸ ਹੀ ਹੋਤਾ ਜਾਂ ਕਹੀਂ ਸੇ ਵੀ ਆਏ ਤੋ ਇੰਟਰਨਲ ਜੋ ਪ੍ਰੋਸੀਕਿਊਟਰਸ ਹੋਤੇ ਹੈ ICC ਕੇ ਵੋ ਉਸਕੋ ਮੈਟਰ ਕੋ ਪਹਿਲੇ ਖੁਦ ਇਨਵੈਸਟੀਗੇਟ ਕਰਤੇ ਹੈ ਉਸਕੇ ਮੈਰਿਟਸ ਦੇਖਤੇ ਹੈ ਔਰ ਫਿਰ ਜਬ ਵੋ ਸਮਝਤੇ ਹੈ ਕਿ ਇਹ ਇਸ ਕਾਬਿਲ ਕਾ ਕੇਸ ਹੈ ਜਿਸਕੋ ਪਲੀਡ ਕੀਆ ਜਾ ਸਕਤਾ ਹੈ ਔਰ ਇਹ ਇਤਨਾ ਅਹਿਮ ਹੈ ਤੋ ਫਿਰ ਉਸਕੋ ਫਿਰ ਲੈ ਕਰ ਆਇਆ ਜਾਤਾ ਹੈ ਔਰ ਉਸਕੋ ਡਿਸਕਸ਼ਨ ਕੀ ਜਾਤੀ ਹੈ ਔਰ ਉਸਕੇ ਉੱਪਰ ਹੀਅਰਿੰਗ ਸਟਾਰਟ ਹੋਤੀ ਹੈ ਜਹਾਂ ਤੱਕ ਅਪੀਲ ਕੀ ਬਾਤ ਹੈ ਅਪੀਲ ਜੋ ਪਾਰਟੀ ਜੋ ਵਿਕਟਮ ਹੈ ਵੋ ਵੀ ਕਰ ਸਕਦਾ ਹੈ ਜੋ ਪ੍ਰੋਸੀਕਿਊਟਰ ਹੈ ਦੋਨੋਂ ਅਪੀਲ ਕਰ ਸਕਦੇ ਦੋਨੋਂ ਕੇ ਪਾਸ ਰਾਈਟ ਟੂ ਅਪੀਲ ਹੋਤਾ ਹੈ ਜਹਾਂ ਤੱਕ ਕ੍ਰੈਡਿਟ ਕੀ ਬਾਤ ਹੈ ਤੋ ਬਿਲਕੁਲ ਕਰੀਮ ਅਹਿਮਦ ਖਾਨ ਕੋ ਕ੍ਰੈਡਿਟ ਮਿਲਣਾ ਚਾਹੀਏ ਕਿ ਅਫਗਾਨਿਸਤਾਨ ਕੇ ਅੰਦਰ ਜਬ ਉਸਕੋ ਭੇਜਾ ਗਿਆ ਕਿ ਵੋ ਇਹ ICC ਕੇ ਥਰੂ ਹੀ ਔਰ ਅਕਵਾਮੇ ਮਤਹਿਦਾ ਕੇ ਥਰੂ ਚੈੱਕ ਕੀਆ ਜਾਏ ਕਿ ਉਧਰ ਕੋਈ ਵਾਰ ਕ੍ਰਾਈਮਸ ਕਮਿਟ ਕੀਏ ਗਏ ਨੈਟੋ ਫੋਰਸਿਸ ਕੇ ਥਰੂ ਤੋ ਉਸਨੇ ਨੈਟੋ ਕੋ ਕਲੀਨ ਚਿੱਟ ਦੇ ਦੀ ਬਿਲਕੁਲ ਕ੍ਰੈਡਿਟ ਮਿਲਣਾ ਚਾਹੀਏ ਕਰੀਮ ਅਹਿਮਦ ਖਾਨ ਕੋ ਕਿ ਜਬ ਉਸਕੋ ਇਰਾਕ ਮੇਂ ਭੇਜਾ ਗਿਆ ਦੇਖਣੇ ਕੇ ਲੀਏ ਕਿ ਕਿਆ ਉਧਰ ਵਾਰ ਕ੍ਰਾਈਮਸ ਔਰ ਨੈਟੋ ਫੋਰਸਿਸ ਨੇ ਕੋਈ ਬੇਜਾ ਬੇਗੁਨਾਹ ਲੋਕੋਂ ਕੋ ਕਤਲੇਆਮ ਤੋ ਨਹੀਂ ਕੀਆ ਤੋ ਉਧਰ ਵੀ ਉਸਨੇ ਉਨਕੋ ਕਲੀਨ ਚਿੱਟ ਦੀ ਇਸੀ ਤਰੀਕੇ ਸੇ ਜਬ ਸਾਰੀ ਦੁਨੀਆ ਚੀਖ ਚੀਖ ਕਰ ਕਹਿ ਰਹੀ ਥੀ ਕਿ ਇਜ਼ਰਾਈਲ ਨੇ 30,000 ਲੋਕੋਂ ਕੋ ਅਬ ਤੱਕ ਮਾਰ ਚੁੱਕੀ ਔਰ ICC ਨੇ ਕੋਈ ਐਕਸ਼ਨ ਨਹੀਂ ਲਿਆ ਤੋ ਉਸਕਾ ਵੀ ਕ੍ਰੈਡਿਟ ਮਿਲਣਾ ਚਾਹੀਏ ਬਿਲਕੁਲ ਕਰੀਮ ਖਾਨ ਕੋ ਕਿ ਉਸਨੇ ਪੂਰੇ 8 ਮਾਹ ਇੰਤਜ਼ਾਰ ਕੀਆ ਆਪਣੀ ਫਾਈਂਡਿੰਗ ਕਾ ਰਿਜ਼ਲਟ ਦੇਤੇ ਹੋਏ ਤੋ ਬਿਲਕੁਲ ਇਨ ਸਾਰੀ ਬਾਤੋਂ ਕਾ ਕ੍ਰੈਡਿਟ ਜੋ ਹੈ ਬਿਲਕੁਲ ਕਰੀਮ ਖਾਨ ਕੋ ਮਿਲਣਾ ਚਾਹੀਏ ਥੈਂਕ ਯੂ ਬੈਰਿਸਟਰ ਸਾਹਿਬ ਪ੍ਰੋਗਰਾਮ ਪ੍ਰੋਗਰਾਮ ਤੋਂ ਮੇਰੇ ਖਿਆਲ ਵੜ ਨਹੀਂ ਗਿਆ ਜੀ ਮੈਂ ਪ੍ਰੋਗਰਾਮ ਤੋਂ ਮੇਰੇ ਖਿਆਲ ਸੇ ਵੜ ਨਹੀਂ ਗਿਆ ਇਹ ਕ੍ਰੈਡਿਟ ਦੇਣਾ ਚਾਹੀਏ ਜ਼ਹਿਰ ਭਾਈ ਕੋ ਕਿ ਪ੍ਰੋਗਰਾਮ ਵੜਨੇ ਮੇਂ ਪੂਰਾ ਕਿਰਦਾਰ ਜੀ ਬੈਰਿਸਟਰ ਸਾਹਿਬ ਨੇ ਤਾਂ ਨਵਾਂ ਕੱਟਾ ਖੋਲ ਦਿਆ ਯਹਾਂ ਪੇ ਹੁਣ ਉਹ ਬੰਨਿਆ ਵੀ ਨਹੀਂ ਜਾਣਾ ਮੈਂ ਮੁਖਤਸਰ ਸੀ ਬਾਤ ਇਸ ਮੀਰ ਔਰ ਪੀਰਸਕਾਨੀ ਕਿੱਧਰ ਚਲਾ ਗਿਆ ਨਹੀਂ ਉਹ ਨਸ ਗਿਆ ਜੇ ਉਸ ਮਮਨ ਸੋਹਿਲ
میں ایک لاسٹ بات مختصر سی کر دوں، پھر آپ احباب گفتگو جاری رکھیں، کہ اکتوبر 2023 کے بعد جب اسرائیل کی حکومت نے یہ فلسطین اور بالخصوص غازہ سٹرپ کے اوپر آپریشن سٹارٹ کیا، تو اس وقت بنجامن نیتن یاہو جو ہے اس کی پاپولیرٹی ریٹنگ جو تھی اپنے ملک کے اندر بہت کم تھی اور لوگ اس سے کچھ زیادہ خوش نہیں تھے، لیکن جب بھی آپ نے دیکھا ہے کہ وار کی کوئی سچویشن ہو تو جو عوام ہے وہ ریلی بیہائنڈ کرتی ہے آپ کا جو ملک کی حکومت ہے، تو اسی زمن کے اندر وار کیبنٹ بنائی گئی، ایمرجنسی اپوز کی گئی، پارلیمنٹ ڈیزالو کی گئی، اور اس کے بعد انہوں نے ایک وار کیبنٹ بنا کے آپریشن کو لیڈ کیا اور آپریشن چلایا. آواز کہیں سے ڈبل ہو رہی ہے، واللہ عالم کدھر سے. تو اس کے بعد جو ڈیفنس منسٹر تھا اسرائیل کا یوآف گیلنٹ، اس کے اوپر بھی اریسٹ وارنٹ آئی سی سی کی طرف سے ایشو کرنے کے لیے تجویز دی گئی ہے. اس زمن کے اندر یہ بھی دیکھا گیا ہے، آواز ڈبل ہو رہی ہے بڑی بری. اس کے اندر پھر یہ ہے کہ پہلے اپوزیشن اور گورنمنٹ ایک ساتھ بیٹھ کر وار کیبنٹ کا حصہ تھی اور پھر غازہ کا آپریشن کیا گیا، لیکن جب یہ فیکٹ فائنڈنگ آئی کہ جس کے اندر بے تحاشا بے گناہ لوگ اور بالخصوص بچوں کو انڈسکرمنیٹلی مارا گیا، تو اس کے بعد اپوزیشن نے پل آؤٹ کر لیا وار کیبنٹ سے، اور جو اپوزیشن لیڈرز وغیرہ سارے تھے اب انہوں نے بنجامن نیتن یاہو کے خلاف الیکشنز کال کرنے کے لیے کر دی ہے، اور پاپولیرٹی ریٹنگ جو آپ کی وار کے حساب سے تھی وہ پہلے 80% کے قریب تھی جو کہ اب بلو 50% جا چکی ہے. تو جو بنجامن نیتن یاہو ہے یہ ایک انتہائی ان پاپولر لیڈر رہ گیا ہے آپ کے اسرائیل کے اندر بھی، کیونکہ جو اس کے ٹیکٹکس ہیں اس نے پوری دنیا کے اندر اسرائیل کو آئسولیٹ کر کے رکھ دی ہے، جیسے کہ آپ ابھی بھی دیکھ سکتے ہیں بے تحاشا یورپین کنٹریز ہیں، نارڈک کنٹریز ہیں جو فلسطین کی سٹیٹ کو ایکسیپٹ کرنا شروع کر دیا، اور اس کا بڑا سویئر بیکلش آ رہا ہے اسرائیل کے اندر. تو یہ ٹائمنگ بھی بڑی پیوٹل ہے، جہاں 40,000 لوگ مارے جا چکے ہیں اور اس کے اندر اوور ویلمنگ میجورٹی بچوں کی ہے، اور کرٹیسزم بھی بڑا رائپ ہے دنیا بھر کے اندر. تو جب یہ وارنٹ ایشو کیے گئے تو اس سے تقویت ملی ہے بنجامن نیتن یاہو کو کہ وہ اپنا جو وار پروپیگنڈا ہے کہ دیکھیں جی یہ فلسطینی اور یہ جو مسلمان ہیں سب نے اکٹھے ہو کر ہمارے خلاف سازش کر رہے ہیں، اور اگر اسرائیل کو بچانا ہے تو وہ جو وار نیریٹو ہوتا ہے اس کو اور تقویت ملی ہے، اور اس سے یعنی آپ کے جو وار ہے اس کو اور لمبی بھی ہو سکتی ہے. وجہ اس کی یہ ہے کیونکہ یہ آئی سی سی کے جو اریسٹ وارنٹس ہیں اس کو جب یونائٹڈ سٹیٹس کے پریزیڈنٹ جو بائیڈن سے بھی پوچھا گیا اور باقی ملکوں سے بھی پوچھا گیا کہ یہ اب کیا کریں گے اریسٹ وارنٹس اگر ایشو ہو جاتے ہیں، تو وہ کہتے ہیں کہ ہم آئی سی سی کی جورسڈکشن ایکسیپٹ کرتے ہی نہیں ہیں، اور جب تک یونائٹڈ نیشن سیکیورٹی کاؤنسل کی طرف سے یہ کیس ریفر نہیں کیا جاتا، جو کہ بالکل کبھی بھی نہیں کیا جائے گا کیونکہ اسرائیل اور امریکہ دونوں بھائی بھائی ہیں، پارٹنرز ہیں، تو کوئی بھی بال بھی پیکا نہیں کر سکتا بنجامن نیتن یاہو کا. تو اس اریسٹ وارنٹ سے سوائے جو اسرائیل کی جو وار مشین ہے اس کو تقویت ملنے کے کوئی اور فائدہ نہیں. جزاک اللہ، تھینک یو سو مچ. جی زاک صاحب، میں جسٹ ٹو ایڈ، جو کیر سٹارمر ہے ان کمنگ برٹش پرائم منسٹر، اس نے کہا ہے جی کہ عدالتیں اس کا فیصلہ کریں گی، اس میں وہ سیاسی تو ویسے بھی نہیں کر سکتے کیونکہ جوڈیشری آزاد ہے اس ملک میں، مگر یہ جو لیبر گورنمنٹ ہے اس نے تھوڑی سی بہتر پوزیشن لی ہے، یہ جو تھا رچی سنک سے. بالکل آپ کی درست بات ہے جی، تھینک یو. جزاک اللہ، آپ گفتگو جاری رکھیں، تھینک یو سو مچ. جی ویلکم، تھینک یو ویری مچ. لین جی، کوئی کلیئر ہوئی گل؟ کلیئر جی، یہ تو اور بڑھ گیا کام. میں نے انہوں نے کیا بھی سی کہ
ਜਿਹੜੇ ਜਿਹੜੇ ਮਜ਼ੇ ਨੇ ਸੁਣ ਲਿਆ, ਅੱਜ ਤੋਂ ਬਾਅਦ ਕਰੀਮ ਖਾਨ ਦਾ ਨਾਂ ਨਹੀਂ ਲੈਣ ਲੱਗਾ। ਅੱਛਾ ਜੀ, ਅਮਰ ਭਾਈ ਨੇ ਕੁਛ ਲਾਇਆ ਹੈ, ਐਡੇ ਪਾਗਲ ਦੇ ਪੁੱਤਰ ਨੇ ਵੀ ਜੋ ਤੁਹਾਡੇ ਦੇ ਵਿੱਚ ਇਹ ਨਹੀਂ ਸਮਝਦੇ ਵੀ ਜੋ ਤੁਹਾਡੇ ਜਿੰਨੀ ਤਾਕਤ ਹੈ ਕਿ ਨਿਤਿਨ ਯਾਹੂ ਦੇ ਤੁਸੀਂ ਵਾਰੰਟ ਗ੍ਰਿਫਤਾਰੀ ਜਾਰੀ ਕਰਵਾ ਸਕਦੇ ਹੋ, ਜੋ ਤੁਸੀਂ ਇਹ ਰੋਂਦੇ ਕਿਉਂ ਫਿਰਦੇ ਹੋ? ਫਿਰ ਇਹ ਪਾਕਿਸਤਾਨੀ ਸਦਰਾਂ ਦੇ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਵਾ ਕੇ ਕਾਨੂੰਨ ਸਿੱਧਾ ਕਰਵਾ ਲਓ, ਸਾਡੇ ਕੋਲ ਆ ਕੇ ਰੋਈ ਰੱਖਦੇ ਸਾਰੇ ਦਿਨ ਕਾਫਰ ਕਰਾਰ ਦੇ। ਇੱਕ ਮੈਂ ਤੁਹਾਨੂੰ ਦੱਸਾਂ ਗੱਲ, ਇਹ ਸਾਰੇ ਉਹ ਵੀ ਸੁਣ ਰਹੇ ਤੇ ਮੈਂ ਸਾਰੇ ਆਪਣੇ ਮੁਸਲਮਾਨ ਹੀ ਸੁਣ ਰਹੇ, ਜਦੋਂ ਵੀ ਪੰਜਾਬ ਭਾਈ ਨੇ ਇਹਨਾਂ ਨੂੰ ਮਸ਼ਵਰਾ ਦਿੱਤਾ ਨਾ, ਕੋਈ ਵਾੜੇ ਨਾਲ ਲੈ ਦਿੱਤਾ, ਚੰਗਾ ਮਸ਼ਵਰਾ ਨਹੀਂ ਨੇ ਕਦੇ ਵੀ ਦਿੱਤਾ ਕਾਦੀਆਨੀਆਂ ਨੂੰ। ਨਹੀਂ ਰਾਜਾ ਸਾਹਿਬ, ਵੇਖੋ ਨਾ ਵੀ ਗੱਲ, ਇਹਨਾਂ ਦੇ ਨਜ਼ਦੀਕ ਇਹ ਵੀ ਹਿਊਮਨ ਜਿਹੜਾ ਰਾਈਟਸ ਨੇ ਉਹਨਾਂ ਦੀ ਵਾਇਲੇਸ਼ਨ ਆ, ਪਾਕਿਸਤਾਨੀ ਕਾਨੂੰਨ ਸਾਫ਼ ਕਹਿੰਦੇ ਆ, ਉੱਧਰ ਵੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਉਹਨਾਂ ਕੀਤੀ। ਜੇ ਇਹਨਾਂ ਦੀ ਇੰਨੀ ਪਾਵਰ ਆ ਕੇ ਸਾਨੂੰ ਦੱਸਣ ਦਾ ਆ, ਸਾਡੇ ਅਹਿਮਦ ਦੀ ਵਕੀਲ ਨੇ ਉਹਦੇ ਵਾਰੰਟ ਗ੍ਰਿਫਤਾਰੀ ਜਾਰੀ ਕਰ ਜਗ੍ਹਾ ਤੇ ਅਸਾਈਲਮ ਦੀ, ਇਹ ਪਾਕਿਸਤਾਨ ਦੇ ਸਦਰ ਦੇ ਤੇ ਆਰਮੀ ਚੀਫ ਦੇ ਤੇ ਵਜ਼ੀਰ, ਇਹਨਾਂ ਦੇ ਵੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰਵਾਉਣ, ਕਾਨੂੰਨ ਸਿੱਧਾ ਕਰਵਾ ਲੈਣ, ਸਾਡੇ ਕੋਲ ਕਿਉਂ ਰੋਂਦੇ ਆ? ਮਤਲਬ ਇਹਨਾਂ ਦੀ ਤਾਂ ਇੰਨੀ ਕੀ ਅਪਰੋਚ ਆ ਕਿ ਸਾਡੇ ਵਰਗੇ ਆਮ ਬੰਦੇ ਨੂੰ ਟਿਕਟੋਕ ਤੇ ਆ ਕੇ ਰੋਈ ਰੱਖਦੇ। ਇਹ ਕੰਮ ਕਰਨ 56 ਮੁਲਕਾਂ ਚ ਇਹਨਾਂ ਨੂੰ ਕਾਫਰ ਕਰਾਰ ਦੇ ਦਿੱਤਾ ਜਾਤੀ ਮੁਸਲਮਾਨ। ਹਾਂਜੀ, ਕਰਨ ਤਾਂ ਸਹੀ ਨਹੀਂ, ਅਗਰ ਇਹ ਕੰਮ ਅਗਰ ਕਾਨੂੰਨ ਸਿੱਧਾ ਕਰਵਾ ਲੈਣਗੇ ਤੇ ਫਿਰ ਅਸਾਈਲਮ ਕਿਵੇਂ ਲੈਣਗੇ ਨਾ? ਅਸਾਈਲਮ ਬਣਾ ਦੇ ਮਰ ਜਾਣਗੇ ਨਾ, ਚੰਦੇ ਮਰ ਜਾਣਗੇ, ਅਸਾਈਲਮ ਮਰ ਜਾਣਗੇ, ਉਹ ਨਹੀਂ ਕੀ ਕਰਨਗੇ ਵਿਚਾਰੇ? ਗੱਲ ਨਹੀਂ ਹੈ ਖਲੀਫਾ ਵਕਤ ਸਾਹਿਬ, ਪਾਕਿਸਤਾਨ ਦੀ ਜਿਹੜੀ ਹੈ ਵੇ ਕਾਨੂੰਨ ਸਾਜ਼ ਅਸੈਂਬਲੀ, ਉਸ ਨੂੰ ਕਿਸੇ ਨੂੰ ਚੈਲੰਜ ਕਰਨ ਦਾ ਇਖਤਿਆਰ ਹੀ ਨਹੀਂ। ਨਹੀਂ ਨਹੀਂ ਉਹ ਤਾਂ ਠੀਕ ਹੈ, ਲੇਕਿਨ ਅਗਰ ਮੈਂ ਜ਼ਿਆ ਭਾਈ ਦੀ ਗੱਲ ਨੂੰ ਲੱਗੇ ਲੈ ਕੇ ਚੱਲੀਏ, ਤੇ ਜੇ ਅਗਰ ਇਹ ਕੰਮ ਹੋ ਗਿਆ ਕਿ ਕਾਨੂੰਨ ਸਿੱਧਾ ਹੋ ਗਿਆ, ਫਿਰ ਆਪਣਾ ਮਜ਼ਲੂਮ ਕਾਰਡ ਕਿੱਥੇ ਖੇਡਣਗੇ? ਖੇਡ ਨਹੀਂ ਸਕਣਗੇ ਫਿਰ, ਨਹੀਂ ਇਹ ਪ੍ਰੋਗਰਾਮ ਤੇ ਫਿਰ ਹੋਰ ਵੱਡ ਜਾਏਗਾ। ਸਰ ਇਹ ਬਹਿਸ ਹੀ ਨਹੀਂ ਨਾ, ਕੋਈ ਵਕੀਲ ਐਂਟਰਟੇਨ ਕਰਨ ਵਾਸਤੇ ਤਿਆਰ ਨਹੀਂ ਨਾ ਇਸ ਚੀਜ਼ ਨੂੰ, ਕੋਈ ਅਦਾਲਤ ਐਕਸੈਪਟ ਨਹੀਂ ਨਾ ਕਰ ਸਕਦੀ। ਕਿਉਂ ਕਿ ਇਹਨਾਂ ਦਾ ਮੌਕਫ ਹੀ ਬੁਨਿਆਦੀ ਤੌਰ ਤੇ ਗਲਤ ਹੈ। ਠੀਕ ਹੋ ਗਿਆ। ਅੱਛਾ ਇਹ ਬਾਹਰ ਵਾਲਾ ਜਿਹੜਾ ਸਕੈਨ ਹੈ ਲਾਇਆ ਹੈ ਅਮਰ ਨਜ਼ੀਰ ਭਾਈ ਨੇ, ਤੇ ਮੈਨੂੰ ਲੱਗਦਾ ਪ੍ਰੋਗਰਾਮ ਬਹੁਤ ਜ਼ਿਆਦਾ ਵੱਡ ਗਿਆ। ਮੈਂ ਅਗਲੇ ਪਾਸੋਂ ਨਿਕਲਿਆ ਖੜਾ, ਉਹ ਨਾ ਕੱਲ ਦਾ ਇਹ ਸਵਾਲ ਤਿਆਰ ਕਰਕੇ ਰੱਖਿਆ ਤੇ ਦਿੱਤਾ ਵੀ ਇਹ ਸੁਬਹਾ ਦਾ ਤਿੰਨਾਂ ਚੋਂ ਬੰਦਿਆਂ ਨੂੰ ਸਦਕਾ ਜਾਰੀਆ ਦੇ ਤੌਰ ਤੇ, ਕਿ ਚਲੋ ਜਿੱਥੋਂ ਤੱਕ ਪਹੁੰਚ ਜਾਏ ਸਦਾਏ ਹੱਕ। ਉਹ ਕਹਿੰਦਾ ਪਿਆ ਰਾਜਪਾਲ ਦਾ ਵੱਡਾ ਨੁਤਫਾ ਪਿਆ ਕਹਿੰਦਾ ਹੈ ਵੀ ਜਿੱਥੇ ਅਸੈਂਬਲੀ ਦੇ ਵਿੱਚ ਅਸੈਂਬਲੀ ਦੀ ਕਾਰਵਾਈ ਦੇ ਵਿੱਚ ਕਹਿੰਦਾ ਪਿਆ ਕਿ ਜਿੱਥੇ ਅਸੈਂਬਲੀ ਦੀ ਕਾਰਵਾਈ ਦੇ ਵਿੱਚ ਮਿਰਜ਼ਾ ਕਾਦਿਆਨੀ ਦੇ ਨਾਂ ਨਾਲ ਲੇਸਲਾਤ ਲੇਸਲਾਮ ਲਿਖਿਆ ਹੈ, ਉਹ ਹਿੱਸਾ ਓਰਿਜਨਲ ਕਾਰਵਾਈ ਹੈ, ਉਹ ਅਸੈਂਬਲੀ ਦੀ ਅਸਲ ਕਾਰਵਾਈ ਹੈ, ਲੇਕਿਨ ਜਿੱਥੇ ਇਹ ਗੱਲ ਲਿਖੀ ਹੈ ਇਹ ਫੇਕ ਹਿੱਸਾ ਹੈ। ਇੱਥੇ ਲਿਖਿਆ ਕਿ ਦਾ ਡੈਲੀਗੇਸ਼ਨ ਹੈਜ਼ ਕਮ ਇਨ ਦਾ ਅਸੈਂਬਲੀ ਐਟ ਦੇਅਰ ਓਨ ਰਿਕੁਐਸਟ। ਜਿਹੜਾ ਡੈਲੀਗੇਸ਼ਨ ਹੈ ਉਹ ਅਸੈਂਬਲੀ 'ਚ ਆਪਣੀ ਰਿਕੁਐਸਟ 'ਤੇ ਆਇਆ ਹੈ। ਜਦੋਂ ਇਹਨਾਂ ਨੂੰ ਸਵਾਲ ਕਰੀਏ, ਅਮਰ ਭਾਈ ਮਿਸਟਰ ਕੀ ਲਿਖਿਆ ਇੱਥੇ?
ਮੈਂ ਪੜ੍ਹ ਕੇ ਸੁਣਾ ਦੇਣਾ ਲਫ਼ਜ਼। ਹਾਂਜੀ ਯਾਹਯਾ ਬਖਤਿਆਰ ਨੇ ਦੱਸੀ ਗੱਲ। ਜੀ 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 ਪੜ੍ਹਿਆ ਪੜ੍ਹਿਆ ਮੈਂ ਪੜ੍ਹ ਕੇ ਸੁਣਾ ਦੇਣਾ ਜੀ। Mr. Yahya Bakhtiar, Attorney General of Pakistan. Sir, the delegation has come to the assembly at their own request. They wanted to be heard. If they wanted to be heard, then they will be present, have and we will end question to elaborate certain points. Mere khayal jehdi hai na typing errors ne vich chote mote, kyunki ek window de vich na software aunda hai ਆਡੀਓ ਨੂੰ ਕਨਵਰਟ ਕਰਨ ਵਾਸਤੇ ਟੈਕਸ ਵਿੱਚ। ਆਡੀਓ ਰਿਕਾਰਡਿੰਗ ਹੋਈ ਸੀ ਉਹਦੇ ਵਿੱਚ ਅਤੇ ਉਹਨੂੰ ਉਹਨਾਂ ਨੇ ਪਲੇ ਕਰਕੇ ਨਾ ਉਹ ਟੈਕਸ 'ਚ ਕਨਵਰਟ ਕਰਨ ਵਾਲਾ ਐਪਲੀਕੇਸ਼ਨ ਲਾਇਆ ਅਤੇ ਉਹ ਅਕਸਰ ਗਲਤੀਆਂ ਨੇ ਟਾਈਪਿੰਗ ਐਰਰ ਨੇ। ਜਿਸ ਤਰ੍ਹਾਂ ਜਿਹੜੀ ਮੈਂ ਸੁਰਖ ਲਾਈਨ ਲਾਈ ਇੱਥੇ ਵੀ ਦੇਅਰ ਆਉਣ ਰਿਕੁਐਸਟ ਨਹੀਂ ਲਿਖਿਆ, ਦੈਨ ਆਉਣ ਰਿਕੁਐਸਟ ਗਲਤ ਹੈ, ਇਹ ਹੋ ਹੀ ਨਹੀਂ ਨਾ ਸਕਦਾ ਲਫ਼ਜ਼। ਟੀ ਐਚ ਈ ਐਨ ਲਿਖਿਆ, ਟੀ ਐਚ ਈ ਐਨ ਲਿਖਿਆ, ਦੇਰ ਹੋ ਸਕਦਾ, ਦੈਨ ਤੇ ਹੋ ਹੀ ਨਹੀਂ ਨਾ ਸਕਦਾ। ਅਸਲ ਦੇ ਵਿੱਚ ਉਹਨੇ ਇੰਗਲਿਸ਼ 'ਚ ਯਾਹਯਾ ਬਖਤਿਆਰ ਨੇ ਕਿਹਾ ਨਾ ਵੀ ਉਹਨੇ ਜਲਦੀ 'ਚ ਬੋਲਿਆ ਹੋਣਾ ਹੈਜ਼ ਕਮ ਟੂ ਦੀ ਅਸੈਂਬਲੀ ਐਟ ਦੇਅਰ ਓਨ ਰਿਕੁਐਸਟ। ਉਹ ਦੈ ਉਹਨੇ ਦੈ ਇੰਜ ਬੋਲਿਆ ਹੋਣਾ ਤੇ ਉਹਨੂੰ ਦੈਨ ਲੱਗਿਆ ਹੋਣਾ ਸੁਣਨ ਵਾਲੇ ਸਾਫਟਵੇਅਰ ਨੂੰ। ਅਜ਼ਹਰ ਜ਼ਹਿਰ ਜਿਹੜੀ ਮਸ਼ੀਨ ਆਟੋਮੈਟਿਕ ਰਿਕਾਰਡਿੰਗ ਕਰਦੀ ਹੈ ਉਹਦੇ 'ਚ ਸਪੈਲਿੰਗ ਦੀ ਕੁਰੈਕਸ਼ਨ ਦਾ ਆਲਵੇਜ਼ ਮਕਾਨ ਰਹਿੰਦਾ, ਜ਼ਰੂਰਤ ਰਹਿੰਦੀ ਹੈ। ਦੇ ਵਾਂਟਡ ਟੂ ਬੀ ਹਰਡ, ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਸੁਣਿਆ ਜਾਏ। ਇਫ ਦੇ ਵਾਂਟਡ ਟੂ ਬੀ ਹਰਡ, ਜੇ ਉਹ ਸੁਣਾ ਜਾਣਾ ਚਾਹੁੰਦੇ ਸਨ, ਦੈਨ ਦੇ ਵਿਲ ਬੀ ਪ੍ਰੈਜੈਂਟ, ਹੈਵ ਐਂਡ ਵੀ ਹੈਵ ਵਿਲ, ਇਹ ਜਿਹੜਾ ਨਾ ਲਫ਼ਜ਼ ਇਹ ਦਰੁਸਤ ਨਹੀਂ ਹੈ। ਦੈਨ ਦੇ ਵਿਲ ਬੀ ਪ੍ਰੈਜੈਂਟ, ਹੈਵ ਐਂਡ ਵੀ ਵਿਲ ਐਂਡ ਕੁਐਸਚਨ ਟੂ ਅਲੈਬੋਰੇਟ ਸਰਟਨ ਪੁਆਇੰਟਸ। ਇਹਨਾਂ 'ਤੇ ਸਮਝ ਆ ਜਾਂਦੀ, ਮਫਹੂਮ ਸਮਝ ਆ ਜਾਂਦੀ, ਲੇਕਿਨ ਇਹ ਟਾਈਪਿੰਗ ਐਰਰ ਹੈ ਕਿ ਬਈ ਸਰਟਨ ਪੁਆਇੰਟਸ ਜਿਹੜੇ ਨੇ ਅਲੈਬੋਰੇਟ ਕਰਨ ਵਾਸਤੇ ਔਰ ਉਹਨਾਂ ਉੱਤੇ ਕੁਐਸਚਨ ਕਰਨ ਵਾਸਤੇ ਉਹਨਾਂ ਨੂੰ ਆਪਣੇ ਆਪ ਨੂੰ ਇੱਥੇ ਪ੍ਰੈਜੈਂਟ ਕਰਨਾ ਪੈਣਾ। ਉਹ ਕਹਿੰਦਾ ਉਹ ਕਹਿ ਰਿਹਾ ਇਹਨਾਂ ਦੀ ਮੌਜੂਦਗੀ ਤੇ ਅਸਾਂ ਸਰਟਨ ਪੁਆਇੰਟ ਜਿਹੜੇ ਉਹਨਾਂ ਨੂੰ ਪਤਾ ਤੁਸੀਂ ਅਸੀਂ ਕਰਨਾ ਲੈਟ ਕਰ ਸਕਦਾ। ਓਕੇ ਡਿਟੇਲ ਲੈ ਲੈ ਠੀਕ। ਨਾਓ ਇਟ ਇਜ਼ ਇੰਪੋਸੀਬਲ ਟੂ ਸੈਂਡ ਕੁਐਸਚਨਸ ਇਨ ਐਡਵਾਂਸ, ਐਡਵਾਂਸ ਵਿੱਚ ਇਹਨਾਂ ਨੂੰ ਸਵਾਲ ਦੇ ਕੇ ਘੱਲਣੇ ਨਾਮੁਮਕਿਨ ਨੇ। ਬਿਕਾਜ਼ ਵੈਨ ਐਵਰ ਵੀ ਆਸਕ ਅ ਕੁਐਸਚਨ ਦੇਅਰ ਆਰ 5, 6, 10 ਸਪਲੀਮੈਂਟਰੀਜ਼ ਫਾਰ ਕਲੈਰੀਫਿਕੇਸ਼ਨ। ਕਹਿੰਦਾ ਜਦੋਂ ਅਸੀਂ ਸਵਾਲ ਕੋਈ ਪੁੱਛਦੇ ਹਾਂ ਤਾਂ ਉੱਥੇ 5, 6, 10 ਸਪਲੀਮੈਂਟਰੀਜ਼ ਹਾਂ ਉਹਦੀਆਂ ਜ਼ਿਮਨੀਆਂ ਸ਼ੁਰੂ ਹੋ ਜਾਂਦੀਆਂ ਨੇ ਕਲੈਰੀਫਿਕੇਸ਼ਨ ਵਾਸਤੇ। ਹਾਂਜੀ that would mean that whatever supplementary give time that would mean that whatever supplementary question I ask, ਇਹਦਾ ਇਹ ਮਤਲਬ ਹੋਏਗਾ ਕਿ ਜਿਹੜਾ ਵੀ ਮੈਂ ਸਪਲੀਮੈਂਟਰੀ ਸਵਾਲ ਇਹਨਾਂ ਨੂੰ ਪੁੱਛਾਂਗਾ ਜਾਂ ਪੁੱਛਣਾ ਵਾ, ਦੈਟ ਹੈਵ ਟੂ ਬੀ ਗਿਵਨ ਟੂ ਦੈਮ ਇਨ ਰਾਈਟਿੰਗ। ਇਹ ਫਿਰ ਇਹਨਾਂ ਨੂੰ ਇਹ ਵੀ ਮੈਨੂੰ ਰਾਈਟਿੰਗ 'ਚ ਦੇਣਾ ਪਵੇਗਾ। ਸਵਾਲ ਇੱਕ ਹੁੰਦਾ ਹੈ ਉਹਦੀਆਂ ਕੋਈ 10 ਸਪਲੀਮੈਂਟਰੀਆਂ ਨਿਕਲ ਆਉਂਦੀਆਂ, ਮੈਂ ਸਪਲੀਮੈਂਟਰੀਆਂ ਵੀ ਲਿਖ ਕੇ ਦੇਵਾਂ ਇਹਨਾਂ ਨੂੰ। You will give time after that and then and they will submit written reply. ਤੁਸੀਂ ਉਹਨਾਂ ਨੂੰ ਫਿਰ ਉਹਨਾਂ ਨੂੰ
ਲਿਖਿਆ ਜਵਾਬ ਦੇਣਾ ਪੈਣਾ। ਹਾਂਜੀ you will give time after that and they will submit written reply. ਫਿਰ ਉਹਦੇ ਬਾਅਦ ਕਹਿੰਦਾ ਕਿ ਮੈਂ ਉਹਨਾਂ ਨੂੰ ਟਾਈਮ ਦੇਵਾਂ ਤੇ ਉਹ ਰਿਟਨ ਰਿਪਲਾਈ ਲਿਆਵਣ, ਲਿਖਿਆ ਜਵਾਬ ਲੈ ਕੇ ਆਉਣ। If the written replies were to be taken from them, ਅਗਰ ਉਹਨਾਂ ਕੋਲੋਂ ਲਿਖੇ ਜਵਾਬ ਲੈਣੇ ਹੋਣਗੇ, then they would not interrogatory, then they would not have come at all. ਫਿਰ ਉਹ ਹਰਗਿਜ਼ ਆ ਨਹੀਂ ਸਕਣਗੇ। ਨਹੀਂ ਉਹਨਾਂ ਫਿਰ ਆਉਣਾ ਹੀ ਨਹੀਂ ਸੀ। ਹਾਂਜੀ then they would not have come at all. ਆ ਫਿਰ ਉਹਨਾਂ ਨੂੰ ਆਉਣ ਦੀ ਕੀ ਲੋੜ ਸੀ? We could have sent a number ਉਹ ਕਹਿ ਰਿਹਾ ਉਹਨਾਂ ਫਿਰ ਆਉਣਾ ਹੀ ਨਹੀਂ ਸੀ। ਉਹਨਾਂ ਪਹਿਲਾਂ ਤਾਂ ਤੋਂ ਨੇ ਆਰੋ ਸਵਾਲ ਸਾਰੇ ਉਹਨਾਂ ਕਹਾਂ ਕਿ ਇਹ ਪਰ ਉਹਦਾ ਤਾਂ ਜਨੇਰੀ ਜਲਾਲਤ ਹੈ, ਜਾਓ ਹੀ ਨਾ। ਮੈਂ ਤੁਹਾਨੂੰ WhatsApp ਤੇ ਸੈਂਡ ਕਰ ਦਿੱਤਾ ਸਫਾ, ਠੀਕ ਹੈ, ਤੁਸੀਂ ਉੱਥੋਂ ਦੇਖ ਲਓ। ਠੀਕ ਠੀਕ ਹੈ। If they ਹਾਂ ਕੋਈ ਕੋਈ ਜਿਹੜਾ ਲਿਖਿਆ ਪਿਆ ਤੁਸੀਂ ਪੜਿਆ ਕਿ ਪੜੋ ਦੁਬਾਰਾ? ਕਿਹੜਾ ਕੋਈ ਇੰਟਰੋਗੇਟਰੀ ਤੁਸੀਂ ਪੜਿਆ? ਉਹ ਮੈਂ ਇੰਟਰੋਗੇਟਰੀ ਇਹ ਨਹੀਂ ਪੜਿਆ ਹੈ, ਉਹ ਅਗਲਾ ਫਿਕਰ ਮੈਂ ਪੜਨ ਲਗਾ। ਅੱਛਾ। If the written replies were to be taken from them, then they would not have come at all. ਯਾਨੀ ਅਗਰ ਲਿਖੇ ਜਵਾਬ ਲੈਣੇ ਸੀ ਤੇ ਫਿਰ ਉਹਨਾਂ ਨੂੰ ਆਉਣ ਦੀ ਕੀ ਲੋੜ ਸੀ ਜਾਂ ਆਏ ਕਿਉਂ? ਨਹੀਂ ਨਹੀਂ ਉਹਨਾਂ ਆਣਾ ਹੀ ਨਹੀਂ ਸੀ। ਉਹਨਾਂ ਆਣਾ ਹੀ ਨਹੀਂ ਸੀ। ਹਾਂ। We could have sent a number of questions as interrogatory. ਯਾਨੀ ਤਫਤੀਸ਼ ਦੇ ਤੌਰ ਤੇ, ਇੰਟਰੋਗੇਟਰੀ ਦੇ ਤੌਰ ਤੇ ਸਵਾਲੀਆ ਕੁਝ ਸਵਾਲ ਉਹਨਾਂ ਨੂੰ ਭੇਜ ਸਕਦੇ ਸਾਂ। ਕੁਝ ਸਵਾਲ ਉਹਨਾਂ ਨੂੰ ਭੇਜ ਸਕਦੇ ਸਾਂ। ਸਵਾਲੀਆ। ਹਾਂਜੀ। ਜੀ ਜੀ। ਨੰਬਰ ਆਫ ਕੁਐਸਚਨਸ ਯਾਨੀ ਕੋਈ ਸਵਾਲ ਭੇਜ ਸਕਦੇ ਸਾਂ। which they could have answered from rabwa, jehde oh rabwe chon jawab de sakde si, but the point was then that they should clarify the position. lekin fir sawal eh si ki unna nu position clarify karni paini si. likheya jawab jehda oh te kafi nahi hunda na jab tak ohdi wazahat na ke kiti jaye ki ki matlab ki kehna chahunde, shayad eh kehna chahunda and it is not possible, it is physically impossible, aur mumkin nahi hai, physically namumkin hai, eh mumkin nahi hai aur physically namumkin, matlab practically impossible ho sakta hai. haan ji. point as far as the hearing is concerned, likhna si shayad in concerned likh sakde hai. sir, I am the first person to give them as much time as they wanted. ohna de sunan vaste ਜਿਹੜਾ ਮੇਰਾ ਖਿਆਲ ਹੈ ਜ਼ਾਤੀ ਤੌਰ ਤੇ, ਮੈਂ ਪਹਿਲਾ ਬੰਦਾ ਵਾਂ ਜਿਹੜਾ ਉਹ ਐਸ ਮੱਚ ਟਾਈਮ ਉਹਨਾਂ ਨੂੰ ਦਵਾਂਗਾ ਜਿੰਨਾ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਸੁਣਨ ਵਾਸਤੇ. ਮੈਂ ਸਭ ਤੋਂ ਪਹਿਲ ਕਰ ਰਿਹਾ ਹਾਂ ਕਿ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਟਾਈਮ ਚਾਹੀਦਾ ਉਹਨਾਂ ਨੂੰ ਟਾਈਮ ਉਹਨਾਂ ਨੂੰ ਦਿੱਤਾ ਜਾਵੇ. ਹਾਂਜੀ ਹਾਂਜੀ ਜੀ। ਬਹਰਹਾਲ ਇਸ ਪਹਿਰੇ ਦਾ ਤੁਸੀਂ ਜੋ ਸਮਝੇ ਹੋ ਨਾ ਮੈਂ ਤੁਹਾਨੂੰ ਸੈਂਡ ਕਰ ਦਿੱਤਾ, ਇਹਨੂੰ ਤੁਸੀਂ ਪੰਜਾਬੀ 'ਚ ਚੌਂ ਪੰਜਾਂ ਫਿਕਰਾਂ 'ਚ ਆਪਣੇ ਲਫ਼ਜ਼ਾਂ 'ਚ ਬਿਆਨ ਕਰ ਦਿਓ ਕੀ ਕਹਿਣਾ ਚਾਹੁੰਦਾ। ਪੇਜ ਨੰਬਰ 6 ਲਗਾ 996 ਪੇਜ ਉੱਤੇ ਲਿਖਿਆ ਮੈਂ ਖੱਬੇ ਪਾਸੇ ਨਾ ਜੀ।
ਪੇਜ ਨੰਬਰ ਇਨਕੁਆਇਰੀ ਦਾ ਪੇਜ ਨੰਬਰ ਸਿਕੰਦਰ ਮਿਰਜ਼ਾ ਭਾਈ 996 ਹੈ, 996। ਠੀਕ ਮੋਟੀ ਗੱਲ ਇਹ ਹੀ ਹੈ ਕਿ ਇਹਨਾਂ ਨੇ ਖੁਦ ਰਿਕੁਐਸਟ ਕੀਤੀ ਹੈ ਅਸੈਂਬਲੀ ਦੇ ਕੋਰਮ 'ਚ ਜਾਣ ਦੀ, ਅਸੈਂਬਲੀ ਸੈਸ਼ਨ 'ਚ ਜਾਣ ਦੀ, ਔਰ ਇਹ ਆਪਣਾ ਬਿਆਨੀਆਂ ਦੇਣਾ ਚਾਹੁੰਦੇ ਸੀ, ਆਪਣਾ ਬਿਆਨ ਉੱਥੇ ਜਾ ਕੇ ਅਸੈਂਬਲੀ ਦੇ ਵਿੱਚ